ਸਤਨਾਮ ਵਾਹਿਗੁਰੂ ਜੀਓ ਕੈਸੇ ਹੀ ਪਰਬਾਤ ਤੂੰ ਹੈਂ ਗਾਵਣਾ ਜੀ ਜੰਤ ਸਰ ਕਾਵਣ ਭਗ ਜਨਾਂ ਕਹਿ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਹਾਰ ਬਲ ਬਲ ਜਾਵਣਾ ਪਰਮ ਸਤਕਾਰ ਯੋਗ ਸਤਗੁਰੂ ਸواری ਸਾਧ ਸੰਗਤ ਜੀਓ ਸਤਕਰਾਂ ਦੀ ਬਖਸ਼ੀ ਹੋਈ ਫਤਿਹ ਦੀ ਸ਼ਾਨ ਪਾਓ ਪਿਆਰ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਮਹਾਨ ਕਿਰਪਾ ਸਦਕਾ ਜਿੱਥੇ ਆਪਾਂ ਸਤਿਗੁਰੂ ਸਹਿਬਾਨਾਂ ਦੇ ਗੁਣ ਗਾਉਂਦੇ ਕਾਂ ਉੱਥੇ ਜਿਨ੍ਹਾਂ ਰੂਹਾਂ ਨੇ ਸਤਿਗੁਰੂ ਜੀ ਦੇ ਬਚਨ ਕਮਾਏ ਸਤਗੁਰਾਂ ਦੇ ਦੱਸੇ ਹੋਏ ਮਾਰਗ ਨੂੰ ਜਗਤ ਦੇ ਸਾਹਮਣੇ ਰੱਖਣ ਲਈ ਵਡੀਆਂ ਤੋਂ ਵਡੀਆਂ ਕੁਰਬਾਨੀਆਂ ਵੀ ਕੀਤੀਆਂ ਉਹਨਾਂ ਦੇ ਵੀ ਨਾਲ-ਨਾਲ ਆਪਾਂ ਗੁਣ ਗਾਉਂਦੇ ਖਾਂ ਜਿੱਥੇ ਹਰ ਸਿੱਖ ਵੀਰ ਭੈਣ ਨੂੰ ਗੁਰਬਾਣੀ ਦਾ ਜਾਪ ਕਰਨਾ ਅਤਿ ਜ਼ਰੂਰੀ ਹੈ ਉੱਥੇ ਉਹਨਾਂ ਹੀ ਜ਼ਰੂਰੀ ਬਣ ਜਾਂਦਾ ਆਪਣੇ ਇਤਿਹਾਸ ਦੇ ਪੰਨਿਆਂ ਤੋਂ ਵਾਕਿਫ ਹੋਣਾ ਕਿਉਂਕਿ ਜਦੋਂ ਬਹਾਦਰ ਰੂਹਾਂ ਦਾ ਜਨ ਸਿੱਖੀ ਸਿਧਕ ਕਮਾਇਆ ਸਤਿਗੁਰੂ ਦੇ ਪਿਆਰ ਵਿੱਚ ਜੀਵੇ ਉਹਨਾਂ ਦੇ ਜੀਵਨ ਚਲਕਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਅੰਦਰ ਇੱਕ ਨਵਾਂ ਉਤਸ਼ਾਹ ਬਣਦਾ ਹੈ ਬਜ਼ੁਰਗਾਂ ਨੇ ਕਿਹੜੀ ਕਾਲਣਾ ਕਾਲ ਕੇ ਆ ਸਾਡਾ ਸਿੱਖੀ ਸਰੂਪ ਬਚਾ ਕੇ ਰੱਖਿਆ ਇਹ ਤਦ ਹੀ ਆਪਣੇ ਅੰਦਰ ਪਿਆਰ ਆਏਗਾ ਜੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਯਾਦ ਕਰਾਂਗੇ ਅੱਜ ਆਪਾਂ ਉਸ ਸ਼ਖਸੀਅਤ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਖਾਲਸਾ ਰਾਜ ਦਾ ਰਾਖਾ ਕਹਿ ਕੇ ਸਤਕਾਰ ਤੇ ਵੜਾਇਆ ਸੀ ਅਸੀਂ ਅੱਜ ਉਸ ਮਹਾਨ ਪਵਿੱਤਰ ਆਤਮਾ ਦੀ ਨਿਸ਼ਕਾਮ ਸੇਵਕ ਬਹਾਦਰ ਰੂਹ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣ ਵਾਲੇ ਅਕਾਲੀ ਫੂਲਾ ਸਿੰਘ ਸਾਹਿਬ ਜੀ ਬਾਰੇ ਅਕਾਲੀ ਫੂਲਾ ਸਿੰਘ ਸਾਹਿਬ ਜੀ ਦਾ ਨਾਮ ਭਾਵੇਂ ਅੱਜ ਕੌਮ ਦੇ ਵੱਡੇ ਖੀਸੇ ਨੂੰ ਯਾਦ ਖੈ ਪਰ ਗੁਰੂ ਕੇ ਪਿਆਰਿਓ ਅਕਾਲੀ ਫੂਲਾ ਸਿੰਘ ਦੇ ਸੰਬੰਧ ਅੰਦਰ ਜੋ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਸੀ ਉਹਨਾ ਸੀ ਪਤਾ ਨਹੀਂ ਕਰ ਸਕੇ ਇੱਕ 1910 ਦੀ ਘਟਨਾ ਵਾਪਰੀ ਜਿਸ ਘਟਨਾ ਨੂੰ ਵੇਖ ਕੇ ਬਾਬਾ ਪ੍ਰਿੰਤ ਸਿੰਘ ਜੀ ਖੋਤੀ ਜਿਨ੍ਹਾਂ ਨੇ ਸਾਡੇ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਨਵਾਬ ਕਪੂਰ ਸਿੰਘ ਜੀ ਬਾਰੇ ਸਰਦਾਰ ਜੱਸਾ ਸਿੰਘ ਆਹੂਆ ਵਾਲਿਆ ਸਰਦਾਰ ਖਰੀਦ ਸਿੰਘ ਜੀ ਨਲਵਾ ਰਾਮਗੜੀਆ ਸਰਦਾਰ ਜਿਨ ਜਨਨ ਖਾਲਸਾ ਰਾਜ ਦੇ ਕਾਇਮੀ ਵਿੱਚ ਹਿੱਸਾ ਪਾਇਆ ਉਹਨੇ ਦੋ ਪੁਸਤਕਾਂ ਵੀ ਲਿਖੀਆਂ ਖਾਲਸਾ ਰਾਜ ਦੇ ਉਸ ਰਹੀਏ ਭਾਵ ਜਿਨ੍ਹਾਂ ਨੇ ਖਾਲਸਾ ਰਾਜ ਦੀਆਂ ਉਹਦੀਆਂ ਨੀਆਂ ਪੱਕੀਆਂ ਕਰਨ ਲਈ ਖੱਦਾਂ ਵੱਡੀਆਂ ਕਰਨ ਲਈ ਬਹੁਤ ਵੱਡੀ ਕਹਾਣਾ ਘਾਲੀ ਉਹਨਾਂ ਚ ਅਕਾਲੀ ਫੂਲਾ ਸਿੰਘ ਨੇ ਪਰ ਇਹਨਾਂ ਦਾ ਜਦੋਂ ਜੀਵਨ ਲਿਖਦੇ ਨੇ ਤੇ ਘਟਨਾ ਲਿਖਦੇ ਨੇ ਉਹ ਘਟਨਾ ਉਹਨਾਂ ਨੇ ਅੱਖੀਂ ਵੇਖੀ ਕਿਸੇ ਜਗ੍ਹਾ ਬਾਜ਼ਾਰ ਅੰਦਰ ਇਹ 1910 ਦੀ ਕਹਾਣੀ ਮੈਂ ਪਾਣ ਲੱਗਾ ਕਿੰਨਾ ਸਮਾਂ ਹੋ ਗਿਆ ਗੁਰੂ ਕੇ ਪਿਆਰਿਓ ਜੀ 2021 ਜਾ ਰਹੇ 111 ਸਾਲ ਪਹਿਲਾਂ ਕਟਨਾ ਵਾਪਰੀ ਇਸ ਟੋਰੀਨ ਬਾਬਾ ਪ੍ਰਿੰਮ ਸਿੰਘ ਹੋਤੀ ਜਾ ਰਹੇ ਨੇ ਇੱਕ ਬਹੁਤ ਲੋਕਾਂ ਦਾ ਇਕੱਠ ਉਸ ਇਕੱਠ ਵਿੱਚ ਵੇਖਿਆ ਕਿ ਇੱਕ ਨਿਹੰਗ ਸਿੰਘ ਬਾਣੇ ਅੰਦਰ ਸੁਰਮਈ ਪੱਗ ਬੰਨੀ ਖੇ ਉੱਪਰ ਚੱਕਰ ਖੇ ਜਿੰਨੇ ਵੀ ਨਿਹੰਗ ਸਿੰਘਾਂ ਦੇ ਨਿਸ਼ਾਨੀਆਂ ਹੁੰਦੀਆਂ ਸ਼ਸਤਰ ਪਹਿਨੇ ਉਹ ਕੋਈ ਸਰੂਪ ਖੜਾ ਹੈ ਤੇ ਲੋਕੀ ਚਾਰਚ ਫੇਰੇ ਉਹਦੇ ਤਮਾਸ਼ਾ ਵੇਖਣ ਲਈ ਖੜੇ ਨੇ ਉਹਦੇ ਕੋਲ ਪਿੱਛੇ ਭੰਗ ਦੀ ਪੋਟਲੀ ਬੰਨੀ ਕੋਈ ਸ਼ਸਤਰ ਪਕੜੇ ਖੋਏ ਨੇ ਉਹ ਭੰਗ ਨੂੰ ਘੋਟਦਾ ਏ ਇਹ ਤਮਾਸ਼ਾ ਉਹਦਾ ਨਿਹੰਗ ਸਿੰਘਾਂ ਦਾ ਸਾੰਗ ਰਚਾ ਕੇ ਲੋਕਾਂ ਦਾ ਹਾਸੇ ਠੱਠੇ ਦਾ ਮਖੌਲ ਦਾ ਕਾਰਨ ਬਣਾ ਰਹੇ ਸਨ ਇੱਕ ਤਰ੍ਹਾਂ ਨਾਲ ਨਿਹੰਗ ਸਿੰਘਾਂ ਦੀ ਅਕਾਲੀ ਫੂਲਾ ਸਿੰਘ ਸਾਹਿਬ ਵਰਗਿਆਂ ਯੋਧਿਆਂ ਦੀ ਬਹੁਤ ਵੱਡੀ ਨਰਾਦਰੀ ਸੀ ਉਹ ਕੀ ਕਰ ਰਹੇ ਸਨ ਇੱਕ ਸਾੰਗ ਰਚਾਇਆ ਸੀ ਉਹ ਜਿਹੜਾ ਤਮਾਸ਼ਵੀਨ ਬਨੋਟੀ ਨਿਹੰਗ ਸਿੰਘ ਬਣਿਆ ਸੀ ਕੈ ਨਹੀਂ ਸੀ ਉਹਨੇ ਪੰਗ ਕੋਟਣੀ ਸ਼ੁਰੂ ਕੀਤੀ ਪੰਗ ਕੋਟ ਕੇ ਐਖੋ ਜੇ ਉਹਨੇ ਕੋ ਬੋਲੇ ਵੀ ਬੋਲੇ ਭਈ ਨਸ਼ਾ ਐਖੋ ਜਾਂ ਆਵੇ ਭਈ ਚੜੇ ਪਈ ਕੁੱਤਾ ਭੌਂਦਾ ਨਾ ਦਿਸੇ ਖੋਰਾ ਕਾਣ ਬਣਾਏ ਪੀ ਜਿਹੜਾ ਨਸ਼ਾ ਨਹੀਂ ਪੀਂਦਾ ਭੰਗ ਨਾ ਪੀਵੇ ਉਹਦਾ ਜੀਵਨ ਹੀ ਸਫਲ ਨਹੀਂ ਉਹਨੇ ਭੰਗ ਘੋਟੀ ਭੰਗ ਨੂੰ ਪੀਤਾ ਗੋਲੇ ਚਲਾਏ ਜਿਹੜਾ ਪਿੱਛੇ ਫੋਕ ਬਚਦਾ ਏ ਤੋ ਭੰਗ ਪੀ ਕੇ ਉਹਨੂੰ ਇਸ ਤਰ੍ਹਾਂ ਸ਼ੋਕ ਕੀਤਾ ਉਹਨੂੰ ਮਸਤੀ ਚੜ ਗਈ ਇਧਰ ਦਰ ਤੁਰਿਆ ਫਿਰੇ ਜਦੋਂ ਲੋਕ ਉਹਦੇ ਤੇ ਪੈ ਗਏ ਸਾਰੇ ਉਹਨੂੰ ਕੁੱਟਣ ਮਾਰਨ ਉਹਦੇ ਪੱਗ ਵੀ ਲੈ ਗਈ ਉਹ ਮਸਾਂ ਲੋਕਾਂ ਦੀ ਢੀਡ ਤੋਂ ਆਪਣੀ ਘਰਵਾਲੀ ਦੀ ਬਾਹ ਪਕੜ ਕੇ ਭੰਗ ਦੀ ਪੋਟਲੀ ਚੁੱਕ ਕੇ ਤੇ ਚੱਲਦਾ ਬਣਿਆ ਹੋਇਆ ਨਹੀਂ ਸੀ ਨਿਹੰਗ ਸਿੰਘ ਉਹ ਦੱਸ ਰਹੇ ਸਨ ਨਿਹੰਗ ਸਿੰਘ ਇਸ ਤਰ੍ਹਾਂ ਭੰਗ ਪੀਣੇ ਖੁੰਦੇ ਖਾਨ ਇਹਨਾਂ ਦਾ ਕੋਈ ਜੀਵਨ ਦਾ ਮਿਆਰ ਨਹੀਂ ਹੈ ਇਹ ਲੋਕਾਂ ਦੇ ਠੱਠੇ ਹੱਸੇ ਦਾ ਕਾਰਨ ਬਣਦੇ ਨੇ ਬਹੁਤ ਦੁੱਖ ਲੱਗਾ ਬਾਬਾ ਪ੍ਰਿੰਦ ਸਿੰਘ ਜੀ ਖੋਤੀ ਖੁਰਾਨ ਨੂੰ ਕਿੱਡੀ ਮਹਾਨ ਖਸਤੀਆਂ ਸਨ ਤੇ ਉਹਨਾਂ ਨੂੰ ਅੱਜ ਇੱਕੋ ਜਿਹੀ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਅਜੇ ਕੱਲ ਦੀਆਂ ਗੱਲਾਂ ਕਹਨ ਅੱਜੇ ਸਿੱਖ ਰਾਜ ਦੇ ਵੇਲੇ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਮੈਂ ਨਿਹੰਗ ਸਿੰਘਾਂ ਦਾ ਇਤਿਹਾਸ ਨਹੀਂ ਕਹਿ ਰਿਹਾ ਭਾਵੇਂ ਕੁਝ ਵੀਰ ਬਾਬਾ ਫਤਿਹ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਚਾਰ ਪੁੱਤਰਾਂ ਚ ਛੋਟੇ ਪੁੱਤਰ ਬਾਬਾ ਫਤਿਹ ਸਿੰਘ ਸਾਹਿਬ ਤੋਂ ਨਿਹੰਗ ਸਿੰਘਾਂ ਦੀ ਸ਼ੁਰੂਆਤ ਹੁੰਦੇ ਨੇ ਅਸੀਂ ਗੱਲ ਕਰ ਰਹੇ ਹਾਂ ਉਸ ਅਕਾਲੀ ਬਾਣੀ ਦੇ ਅੰਦਰ ਅਕਾਲੀ ਫੂਲਾ ਸਿੰਘ ਸਾਹਿਬ ਦੀ ਸ਼ਖਸੀਅਤ ਕਿਸੀ ਬਾਬਾ ਪ੍ਰਿੰਦ ਸਿੰਘ ਨੇ ਉੱਥੋਂ ਲਈ ਸੇ ਫਿਰ ਅਕਾਲੀ ਫੂਲਾ ਸਿੰਘ ਸਾਹਿਬ ਦਾ ਜਿੰਨਾ ਵੀ ਉਹਨਾਂ ਨੂੰ ਕੋਈ ਮਸਾਲਾ ਇਤਿਹਾਸ ਮਿਲਿਆ ਉਹਨਾਂ ਦੀਆਂ ਕਟਨਾਵਾ ਕੱਠੀਆਂ ਕਰਨੀਆਂ ਉਹਨੇ ਸ਼ੁਰੂ ਕੀਤੀਆਂ ਤੇ ਉਹ ਕਾਮਜਾਬ ਖੋਏ ਉਹਨਾਂ ਨੇ ਤਿੰਨ ਵਾਰ ਖੇਟੂ ਤੇ ਕਿਤਾਬ ਛਾਪਣੀ ਪਈ ਇਨ ਕਿਤਾਬੇ ਕੀ ਕਹਿਰ ਇਸ ਸ਼ੁਰੂਆਤ ਵਿੱਚ ਇੱਕ ਦੋ ਬਚਨ ਸਾਂਝਾ ਕਰਨਾ ਜ਼ਰੂਰੀ ਸਮਝਦਾਸਾਂ ਕਿਉਂਕਿ ਸਾਡੇ ਇਤਿਹਾਸ ਨੂੰ ਜਾਂ ਵਿਰੋਧੀਆਂ ਨੇ ਲਿਖਿਆ ਜਿਨ੍ਹਾਂ ਦੇ ਅੰਦਰ ਨਫ਼ਰਤ ਤੇ ਇਜਾ ਜਿਹੜੇ ਅਣਜਾਣ ਸਨ ਸਾਡਿਆਂ ਨੇ ਕਿਉਂ ਨਹੀਂ ਲਿਖਿਆ ਉਹਦਾ ਕਾਰਨ ਸਾਡਿਆਂ ਨੂੰ ਸਿੱਖੀ ਖੂਨ ਬਚਾਣ ਦੀ ਪਈ ਕੋਈ ਸੀ ਕਿਉਂਕਿ ਘਰ ਘਾਟ ਕੋਲ ਕੋਈ ਨਹੀਂ ਰਹਿਣ ਦਿੰਦੇ ਸਰਕਾਰਾਂ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਪੂਰਾ ਸਮਾਂ ਲੱਗ ਗਿਆ ਪਰਿਵਾਰ ਬਚਾਣ ਸਿੱਖੀ ਬਚਾਣ ਸਿੱਖੀ ਸਿਦਕ ਨੂੰ ਕਾਇਮ ਰੱਖਣ ਲਈ ਉਹਨਾਂ ਕੋਲ ਸਮਾਂ ਕਿੱਥੇ ਸੀ ਪਰ ਉਹਨਾਂ ਦੇ ਜੀਵਨ ਮਾਰਗ ਨੂੰ ਵੇਖ ਕੇ ਜਿਨ੍ਹਾਂ ਨੇ ਕਲਮ ਚੁੱਕੀ ਭਾਵੇਂ ਉਹਨਾਂ ਦੇ ਅੰਦਰ ਨਫ਼ਰਤ ਸੀ ਪਰ ਉਹਨਾਂ ਗੁਰਸਿੱਖਾਂ ਦੀ ਸਿਫਤ ਕਰਨ ਤੋਂ ਬਿਨਾਂ ਰਹਿ ਨਹੀਂ ਸਕੇ ਸੋ ਆਓ ਅਕਾਲੀ ਫੂਲਾ ਸਿੰਘ ਜੀ ਦਾ ਸਮਾਂ 14 ਜਨਵਰੀ 1760 ਨੂੰ ਸੰਗਰੂਰ ਜ਼ਿਲ੍ਹੇ ਅੰਦਰ ਕਸਬਾ ਮੂਣਕ ਵਿੱਚ ਇੱਕ ਛੀਆਂ ਪਿੰਡ ਦੇ ਬੜਾ ਛੋਟਾ ਜਿਹਾ ਉਹਨੂੰ ਅੱਜ ਤੱਕ ਸ਼ਾਇਦ ਕੋਈ ਜਾਣਦਾ ਹੀ ਨਾ ਹੋਵੇ ਉਸ ਪਿੰਡ ਅੰਦਰ ਸਰਦਾਰ ਈਸ਼ਰ ਸਿੰਘ ਦੇ ਤੇ ਮਾਤਾ ਹਰਕੌਰ ਦੀ ਕੁੱਖ ਤੋਂ 14 ਜਨਵਰੀ 1760 ਨੂੰ ਉਹਨਾਂ ਦਾ ਜਨਮ ਖੁੰਦਾ ਕੈਂ ਗੁਰੂ ਕੇ ਪਿਆਰੇ ਸਰਦਾਰ ਈਸ਼ਰ ਸਿੰਘ ਜੀ ਇਹ ਜਿਹੜਾ ਇਲਾਕਾ ਇਹਨੂੰ ਬਾਂਗਰ ਦਾ ਇਲਾਕਾ ਕਹਿੰਦੇ ਨੇ ਸਰਦਾਰ ਈਸ਼ਰ ਸਿੰਘ ਜੀ ਸਤਗੁਰੂ ਜੀ ਨੂੰ ਪਿਆਰ ਕਰਨ ਵਾਲੇ ਸਨ ਨਿਸ਼ਾਨਾ ਵਾਲੀ ਜਿਹੜੀ ਮਿਸਲ ਜਿਨ੍ਹਾਂ ਦੇ ਜੱਥੇਦਾਰ ਉਦੋਂ ਵਿਸ਼ਨ ਸਿੰਘ ਜੀ ਸਨ ਬਾਪਾ ਵਿਸ਼ਨ ਸਿੰਘ ਜੀ ਸਤਕਾਰਯੋਗ ਤਾਂ ਉਸ ਮਿਸਲ ਵਿੱਚ ਇਹ ਮਿਲ ਕੇ ਕੰਮ ਕਰਦੇ ਸੀ ਜਦੋਂ ਅਬਦਾਲੀ ਨੇ ਛੇਵਾ ਕਮਲਾ ਵੀ ਕੀਤਾ ਉਹਦੇ ਵਿੱਚ ਸਰਦਾਰ ਈਸ਼ਰ ਸਿੰਘ ਜੀ ਨੂੰ ਵੀ ਸਿੰਘਾਂ ਨਾਲ ਖੋ ਕੇ ਲੜਾਈ ਵਿੱਚ ਹਿੱਸਾ ਲਿਆ ਸੀ ਉਸ ਲੜਾਈ ਵਿੱਚ ਬਹੁਤ ਸਾਰੇ ਮਿਸਲ ਦੇ ਇਹਦੇ ਅੱਧੇ ਤੋਂ ਵੱਧ ਤੇ ਸਿੰਘ ਸ਼ਹੀਦ ਹੋ ਗਏ ਬਾਕੀ ਫੱਟੜ ਖੋਏ ਉਹਦੇ ਵਿੱਚ ਸਰਦਾਰ ਈਸ਼ਰ ਸਿੰਘ ਜੀ ਨੂੰ ਵੀ ਸੱਟਾਂ ਲੱਗੀਆਂ ਪਰ ਕੁਝ ਸਮਾਂ ਉਹ ਸੱਟਾਂ ਦੇ ਜਿਹੜੇ ਜ਼ਖਮ ਸਨ ਭਰਦੇ ਰਹੇ ਕੁਝ ਸਾਲ ਲੰਗੇ ਪਰ ਖੋੜੀ-ਓੜੀ ਉਹ ਜ਼ਖਮ ਜਿਹੜੇ ਨੇ ਉਹ ਠੀਕ ਨਾ ਹੋਏ ਉਲਟਾ ਸ਼ਰੀਰ ਨੂੰ ਖਤਮ ਕਰਨ ਵਾਲੇ ਤੁਰ ਪਏ ਸਨ ਅਜੇ ਬਾਬਾ ਫੂਲਾ ਸਿੰਘ ਸਾਹਿਬ ਦੀ 10 ਕੋ ਸਾਲ ਦੇ ਸਨ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਮਾਤਾ ਹਰਕੌਰ ਨੇ ਸਰਦਾਰ ਈਸ਼ਰ ਸਿੰਘ ਨੇ ਪਹਿਲਾਂ ਹੀ ਪਿਆਰੇ ਇਸ ਮਿਸਲ ਦੇ ਬਾਬਾ ਵਿਸ਼ਨ ਸਿੰਘ ਜੀ ਦੇ ਖਵਾਲੇ ਕਰ ਦਿੱਤਾ ਸੀ ਪੁੱਤਰ ਨੂੰ ਉਹਨਾਂ ਦੀ ਪ੍ਰੇਰਣਾ ਮਾਤਾ ਹਰ ਕੋਰ ਦਾ ਪਿਆਰਿਓ ਪੜਾਉਣਾ ਐਖੋ ਜਿ ਸਿੱਕੀ ਨਾਲ ਪਿਆਰ ਅੰਦਰ ਬੱਚੇ ਦੇ ਫਾਇਦਾ ਕਰ ਦਿੱਤਾ ਕੁਝ ਸਮੇਂ ਵਿੱਚ ਹੀ ਮਾਤਾ ਜੀ ਵੀ ਚੜ੍ਹਾਈ ਕਰ ਜਾਂਦੀ ਜਦੋਂ 14 ਕੁ ਸਾਲ ਦੇ ਸਨ ਜਦੋਂ ਮਾਤਾ ਜੀ ਵੀ ਚਲੇ ਗਏ ਹੁਣ ਨਿਆਂ ਸਿੰਘਾਂ ਦਾ ਜੀਵਨ ਕਿਤਨਾ ਉੱਚਾ ਹੈ ਸਮਝ ਦੇਣੇ ਸਾਰਾ ਕੁਝ ਪ੍ਰਮਾਤਮਾ ਦਾ ਸਾਡਾ ਵੀ ਤੇ ਦੂਸਰਿਆਂ ਲੋਕਾਂ ਦਾ ਵੀ ਇਹ ਸਾਰਾ ਕੁਝ ਸਾਂਝ ਹੈ ਹੁਣ ਇਹ ਬਾਬਾ ਵਿਸ਼ਨ ਸਿੰਘ ਜੀ ਜੋ ਇਸ ਬਾਣੀ ਵਿੱਚ ਰਹਿਣ ਵਾਲੇ ਉਹ ਸਿੱਖੀ ਸਦਕਾ ਨਾਲ ਪਿਆਰ ਹੈ ਉਹਨਾਂ ਨੇ ਆਪਣਾ ਵੀ ਘਰਬਾਰ ਜਿਹੜਾ ਸੀ ਉਹ ਸਾਰਾ ਲੁਟਾ ਕੇ ਕੋਈ ਸ਼ਸਤਰ ਲੈ ਲੈ ਜਿਨੂੰ ਘੋੜਾ ਸੀ ਜਾਂ ਰਸਤਪਾਣੀ ਲੈ ਕੇ ਤੁਰ ਪਏ ਹੁਣ ਜਿੱਥੋਂ ਲੋੜ ਪੈਂਦੀ ਉਹ ਜਿੱਥੋਂ ਮਰਜੀ ਜਾ ਕੇ ਰਸਤਪਾਣੀ ਇਕੱਠੀ ਕਰਨ ਤੇ ਪ੍ਰਸ਼ਾਦਾ ਛਕਣ ਤੇ ਇਹ ਜਾਉਣਾ ਕਿਦੇ ਲਈਏ ਜਿਹੜਾ ਜ਼ੁਲਮ ਖੋ ਰਿਹਾ ਜ਼ਾਲਮਾਂ ਨੂੰ ਰੋਕਣ ਲਈ ਦਿਨ ਰਾਤ ਜ਼ਿੰਦਗੀ ਦਾ ਪਰਜੋਜਨੀ ਇੱਕੇ ਤੁਰ ਪਏ ਨੇ ਅਕਾਲੀ ਫੂਲਾ ਸਿੰਘ ਕੁਲ ਜੋ ਕੋਈ ਥੋੜਾ ਬਹੁਤਾ ਘਰ ਵਿੱਚ ਧਨ ਦੌਲਤ ਸੀ ਜ਼ਮੀਨ ਜਾਇਦਾਦ ਉਹ ਵੇਚ ਕੇ ਸਾਰੀ ਪੰਚ ਦੀ ਸੇਵਾ ਚਲਾ ਕੇ ਪੱਕੇ ਤੌਰ ਤੇ ਬਾਪ ਅਭਿਸ਼ੰਗ ਸਿੰਘ ਦੇ ਨਾਲ ਆ ਗਏ ਸ੍ਰੀ ਅਨੰਦਪੁਰ ਸਾਹਿਬ ਟਿਕਾਣਾ ਕੀਤਾ ਇੱਥੇ ਰਹਿ ਕੇ ਸਮਾਪਾ ਜਾਣਦੇ ਆ ਕਿਵੇਂ ਉਦੋਂ ਮਿਸਲਾਂ ਵਿੱਚ ਕਿਦਰੇ ਜਿੱਥੇ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਕਿਦਰੇ ਫੁੱਟ ਪੈ ਰਹੀ ਸੀ ਫੁੱਟ ਨਾਲ ਆਪਸ ਵਿੱਚ ਵੀ ਬਹੁਤ ਵੈਰ ਵਿਰੋਧ ਸ਼ੁਰੂ ਹੋ ਗਿਆ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗੁਰੂ ਰਾਮਦਾਸ ਪਿਤਾ ਨੇ ਮਿਹਰ ਕਰਕੇ ਸਮੱਤ ਦਿੱਤੀ ਉਹਨਾਂ ਮਿਸਲਾਂ ਨੂੰ ਕੋਲੀ-ਉਲੀ ਸਾਰਿਆਂ ਨੂੰ ਇਕੱਠਾ ਕਰ ਸਿੱਖ ਰਾਜ ਕਾਇਮ ਕੀਤਾ ਸਿੰਘ 1800 ਅੰਦਰ ਜਦੋਂ ਬਿਸ਼ਨ ਸਿੰਘ ਦੀ ਚੜ੍ਹਾਈ ਕਰ ਗਏ ਤਾਂ ਉਦੋਂ ਤੱਕ 40 ਸਾਲ ਉਮਰ ਵੀ ਹੋ ਚੁੱਕੀ ਹੈ ਇਸ ਜਥੇ ਦੇ ਆਗੂ ਜਥੇਦਾਰ ਦੀ ਸੇਵਾ ਅਕਾਲੀ ਫੂਲਾ ਸਿੰਘ ਜੀ ਨੂੰ ਮਿਲਦੀ ਹੈ। ਇੱਚੂ ਫਿਰ ਇਹ ਪੰਥਕ ਜੀਵਨ ਆਪਣਾ ਪ੍ਰਾਰੰਭ ਕਰਦੇ ਖਾਨ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਵੇਖਿਆ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਅਨਮਤੀਆਂ ਨੇ ਵਿੱਚ ਪੈ ਪੈ ਕੇ ਬਹੁਤ ਵਿਗਾੜਿਆ ਹੋਇਆ। ਸਤਿਗੁਰੂ ਤੇ ਸਿੱਖੀ ਕੁਝ ਹੋਰ ਕਹਿੰਦੀ ਮਰਿਆਦਾ ਕੁਝ ਹੋਰ ਨਿਭਾਈ ਜਾ ਰਹੀ। ਅਕਾਲੀ ਫੂਲਾ ਸਿੰਘ ਤੇ ਇਹਨਾਂ ਨਾਲ ਜਿਤਨੇ ਸਿੰਘ ਸਨ ਇਨਾਂ ਨੇ ਗੁਰਧਾਮਾਂ ਦੀ ਸੇਵਾ ਸ਼ੁਰੂ ਕੀਤੀ ਭਾਵੇਂ ਸ੍ਰੀ ਕਾਲ ਤਖਤ ਸਾਹਿਬੇ ਕਰਮੰਦਰ ਸਾਹਿਬੇ ਪੁੱਤਰ ਸਰੋਵਰ ਨੇ ਬਾਕੀ ਗੁਰਧਾਮ ਉਹਨਾਂ ਦੀ ਸੇਵਾ ਵੀ ਕੀਤੀ ਤੇ ਸੇਵਾ ਕਰਨ ਵਾਲਿਆਂ 'ਚ ਸੁਧਾਰ ਕੀਤਾ ਵੀ ਆਪਣਾ ਜੀਵਨ ਮਿਆਰ ਉੱਚਾ ਕਰੋ ਉਹ ਕਾਰਵਾਈਆਂ ਕਰੋ ਜਿਹੜੀਆਂ ਸਤਿਗੁਰੂ ਜੀ ਨੇ ਸਾਨੂੰ ਸਿਖਾਈਆਂ ਨਾਂਕ ਜਿਹੜੀਆਂ ਅਨਮਤੀਆਂ ਨੇ ਮਨਮਤੀਆਂ ਨੇ ਆਕੇ ਵਿੱਚ ਭਾ ਦਿਤੀਆਂ ਨੇ ਇਹ ਸੇਵਾ ਵਿੱਚ ਸਨ ਕਿਉਂਕਿ ਭਜਨ ਬੰਦਗੀ ਵਾਲੀ ਰੂਹ ਸੀ ਚਿਹਰੇ ਦਾ ਜਲਾਲ ਬੜਾ ਹੈ ਬਾਕੀ ਲਾਲਚ ਕੋਈ ਨਹੀਂ ਕਿਸੇ ਗੱਲ ਦਾ ਕੋਈ ਪਦਵੀ ਦਾ ਲਾਲਚ ਨਹੀਂ ਕਿਸੇ ਜ਼ਮੀਨ ਜਾਇਦਾਦ ਦੀ ਪਕੜ ਨਹੀਂ ਹੈ ਇਹ ਜਿਉਰੇ 칸 ਤੇ ਕੇਵਲ ਤੇ ਕੇਵਲ ਪੰਚ ਲਈ ਮਨੁੱਖਤਾ ਲਈ ਜਿਹੜੇ ਜ਼ਾਲਮ ਜ਼ੁਲਮ ਕਰਦੇ ਨੇ ਉਹਨਾਂ ਜ਼ਾਲਮਾਂ ਨੂੰ ਸੋਧਨਾ ਤੇ ਪਰਜਾ ਨੂੰ ਸੁੱਖ ਦੇਣਾ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦੇ ਚਾਵਾਂ ਨਾਲ ਉਧਰੋਂ ਇੱਕ ਦਿਨ ਕੀ ਹੋਇਆ ਕਿਉਂਕਿ ਮੈਂ ਬੇਨਤੀ ਕਰ ਰਿਹਾ ਨਾ ਜੇ ਸਾਰੇ ਵੱਖਰੀਆਂ ਮਿਸਲਾਂ ਦੇ ਆਪਸ ਵਿੱਚ ਵੀ ਝਗੜੇ ਸਨ ਅੰਮ੍ਰਿਤਸਰ ਦਾ ਜਿਹੜਾ ਇਲਾਕਾ ਹੈ ਤੇ ਭੰਗੀ ਮਿਸਲ ਦਾ ਕਬਜਾ ਸੀ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਇਹ ਅੰਮ੍ਰਿਤਸਰ ਦਾ ਵੀ ਕਬਜਾ ਮੈਂ ਲਵਾਂ ਲਾਹੌਰ ਦਰਬਾਰ ਨਾਲ ਮਿਲਣਾ ਆਪਾਂ ਅੱਗੇ ਵੀ ਜ਼ਿਕਰ ਕੀਤਾ ਹੈ ਬਾਕੀ ਬਹਾਦਰ ਰੂਹਾਂ ਦਾ ਜਦੋਂ ਇਤਿਹਾਸਾਂ ਜਾਂ ਕਰਦੇ ਸਾਂ ਬਈ ਕਨਈਆ ਮਿਸਲ ਉਹ ਦਰ ਰਿਸਤਾਂ ਉਨ ਕਰਕੇ ਰਿਸ਼ਤਾ ਪੈ ਗਿਆ ਉਹ ਮਿਸਲ ਵਿੱਚ ਅਰਲਾ ਲਈ ਗਈ ਆਲੂ ਵਾਲੀਆਂ ਮਿਸਲ ਸਰਦਾਰ ਫਤਿਹ ਸਿੰਘ ਨਾਲ ਪੱਗ ਬਟਾ ਲਈ ਗਈ ਰਾਮ ਗੜੀਆਂ ਮਿਸਲ ਦੇ ਜਿਹੜੇ ਸਰਦਾਰ ਜੱਸਾ ਸਿੰਘ ਰਾਮ ਦੇ ਪੁੱਤਰ ਜੋਤ ਸਿੰਘ ਸਨ ਉਹ ਬਹਾਦਰ ਸਨ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਤੋਂ ਅਗਾਹ ਉਹਨਾਂ ਦਾ ਆਪਸ ਝਗੜਾ ਪੈ ਗਿਆ ਉਹ ਸੰਭਾਲ ਨਹੀਂ ਸਕਕੇ ਉਹ ਵੀ ਮਿਸਲ ਇਧਰ ਆ ਜਾਂਦੀ ਇੱਕ ਇੱਕ ਕਰਕੇ ਸਾਰੇ ਮਿਲਾਏ ਹੁਣ ਇਧਰ ਪੰਗੀ ਮਿਸਲ ਦਾ ਕਬਜ਼ਾ ਹੋਣ ਕਾਰਨ ਚਾਹੁੰਦੇ ਸੀ ਪੇ ਦਾ ਵੀ ਕਬਜ਼ਾ ਲਈਏ ਫੌਜਾਂ ਆ ਗਈਆਂ ਇਧਰੋਂ ਵੀ ਫੌਜਾਂ ਤਿਆਰ ਨੇ ਲੜਾਈ ਕੋਣੀ ਏ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਕਬਜ਼ਾ ਲੈਣਾ ਨਹੀਂ ਸਿੱਖ ਸਿੱਖ ਨਾਲ ਲੜੇ ਸ਼ੋਭਾ ਨਹੀਂ ਦੇਂਦਾ ਅਸੀਂ ਜ਼ਾਲਿਮਾਂ ਤੋਂ ਪਰਜਾ ਨੂੰ ਸੁਰੱਖਿਅਤ ਕਰਨਾ ਸੀ ਖੋਦੀ ਲੜੀ ਜਾਈਏ ਕਿੱਥੋਂ ਦੀ ਸਿੱਖੀ ਹੈ ਸਾਰਾ ਪਤਾ ਕੀਤਾ ਕਿਹਦੇ 'ਚ ਗੁਣ ਜ਼ਿਆਦੇ 칸 ਕੌਣ ਜਿਹੜਾ ਸਿੱਖ ਰਾਜ ਕਾਇਮ ਖੋਣ ਲੱਗਾ ਏ ਕਿਉਂਕਿ ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਖੋ ਚੁੱਕਾ ਹੈ ਗੁਰੂ ਕੇ ਪਿਆਰਿਓ ਮਹਾਰਾਜੇ ਦੀ ਪਦਵੀ ਵੀ ਅਲੱਗ-ਪੱਗ ਸਾਰਿਆਂ ਵੱਲੋਂ ਮਿਲਣੀ ਸ਼ੁਰੂ ਹੋ ਗਈ ਇਹ ਸ਼ਬਦ ਪ੍ਰਚਲਿਤ ਵੀ ਹੋ ਰਿਹਾ ਹੈ ਹੁਣ ਜਦੋਂ ਵੇਖਿਆ ਵੀ ਸਾਰੀ ਤਾਕਤ ਮਹਾਰਾਜਾ ਰਣਜੀਤ ਸਿੰਘ ਕੋਲ ਇਕੱਠੀ ਹੋ ਰਹੀ ਏ ਲਾਹੌਰ ਦਰਬਾਰ ਤੇ ਵੀ ਉਹਨਾਂ ਨੇ ਕਬਜ਼ਾ ਕਰਕੇ ਮਾਲਕ ਨੇ ਹੁਣ ਅਕਾਲੀ ਫੂਲਾ ਸਿੰਘ ਜੀ ਨੇ ਕੀ ਕੀਤਾ ਪਈ ਦੋ ਤੜੇ ਲੜਨ ਤੇ ਦੋਨੇ ਸਿੱਖੀ ਵਾਲੇ ਕੋਣ ਮਹਾਰਾਜ ਨੂੰ ਪਿਆਰ ਕਰਨ ਵਾਲੇ ਸ਼ੋਭਨ ਦੇੰਦਾ ਵਿੱਚ ਪੈ ਗਏ ਇਹਨਾਂ ਨੇ ਆਖੋ ਜੇ ਢੰਗ ਵਰਤਿਆ ਵੀ ਲੜਾਈ ਨਹੀਂ ਖੋਣ ਦਿੱਤੀ ਲੜਾਈ ਤੋਂ ਬਗੈਰ ਕੀ ਪੰਗੀ ਸਰਦਾਰਾਂ ਨੂੰ ਜ਼ਗੀਰ ਦਿਵਾਈ ਤੇ ਕਬਜ਼ਾ ਮਹਾਰਾਜਾ ਰਣਜੀਤ ਸਿੰਘ ਦਾ ਹੋ ਗਿਆ ਇਹ ਪਹਿਲੀ ਘਟਨਾ ਸੀ ਜਿਸ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਅਕਾਲੀ ਫੂਲਾ ਸਿੰਘ ਲਈ ਬਹੁਤ ਵੱਡਾ ਅਦਬ ਤੇ ਸਤਕਾਰ ਬਣ ਗਿਆ ਕਿਉਂਕਿ ਕਾਲੀ ਫੂਲਾ ਸਿੰਘ ਨੂੰ ਕੋਈ ਗਰਜ ਨਹੀਂ ਉਹਨਾਂ ਕੋਈ ਪਦਵੀ ਨਹੀਂ ਲੈਣੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਸਵਾਲ ਸਿੱਖੀ ਦਾ ਸੀ ਉਹ ਸਿੱਖੀ ਪਿਆਰ ਨਿਭਾਇਆ ਖਾਲਸਾ ਰਾਜ ਲਈ ਅਕਾਲੀ ਫੂਲਾ ਸਿੰਘ ਦੇ ਅੰਦਰ ਅੰਤਾਂ ਦਾ ਪਿਆਰ ਸੀ ਜਦੋਂ ਵੀ ਲੋੜ ਪੈਂਦੀ ਖਾਲਸਾ ਰਾਜ ਦੀਆਂ ਹੱਦਾਂ ਵਧਾਉਣ ਲਈ ਮਹਾਰਾਜਾ ਰਣਜੀਤ ਸਿੰਘ ਯਾਦ ਕਰਦਾ ਆਪਣੀ ਪੂਰੀ ਫੌਜ ਲੈ ਕੇ ਉਹਦੇ ਕੋਲ ਪਹੁੰਚਦੇ ਜਦੋਂ ਇਹ ਸੁਲਾਹ ਕਰਵਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀ ਸੇਵਾ ਦਰਬਾਰ ਸਾਹਿਬ ਆ ਕੇ ਕੀਤੀ ਲੰਗਰ ਦੀਆਂ ਰਸਤਾ ਕੜਾ ਪ੍ਰਸ਼ਾਦ ਦੀਆਂ ਰਸਤਾ ਲਈ ਪ੍ਰਬੰਧ ਕੀਤਾ ਅਕਾਲੀ ਫੂਲਾ ਸਿੰਘ ਦੇ ਇਸ ਜਥੇ ਲਈ ਬੰਦ ਇਹਨ ਸੇਵਾ ਕੀਤੀ ਅਕਾਲੀ ਫੂਲਾ ਸਿੰਘ ਸਾਹਿਬ ਦੇ ਦੇ ਲਈ ਜਦੋਂ ਮਹਾਰਾਜੇ ਅੰਦਰ ਇਨਾ ਅਦਬ ਸਤਕਾਰ ਰਿ ਬਾਕੀ ਫੌਜਾਂ ਵਿੱਚ ਵੀ ਉਹ ਹੌਲੀ ਹੌਲੀ ਵਧ ਰਿਹਾ ਜੀਵਨ ਦੀ ਖੁਸ਼ਬੂ ਫੈਲ ਰਹੀ ਸੀ ਆਪਾਂ ਵੇਖਾਂਗੇ ਇੱਕਦੋ ਘਟਨਾ ਜਦੋਂ ਦਮਦਮਾ ਸਾਹਿਬ ਗਏ ਉਥੋਂ ਦੇ ਸਥਾਨਾਂ ਦੀ ਸੇਵਾ ਪ੍ਰਾਰੰਭ ਕੀਤੀ ਉਥੇ ਸੇਵਾ ਕਰ ਰਹੇ ਸਨ ਤੇ ਇੱਕ ਦਿਨ ਹੋਇਆ ਕਿ ਗੁਰੂ ਕੇ ਪਿਆਰਿਓ ਉਥੇ ਅੰਗਰੇਜ਼ਾਂ ਵੱਲੋਂ ਕਪਤਾਨ ਵਾਈਟ ਸੀ ਉਹ ਕਿਉਂਕਿ ਰਿਆਸਤਾਂ ਇਧਰ ਦੀਆਂ ਜਿਹੜੀਆਂ ਸਤਲੋਈ ਤੋਰੇ ਦੀਆਂ ਸਨ ਤੇ ਉਹ ਕਿਨਾਂ ਰਿਆਸਤਾਂ ਦੇ ਮਾਲਕਾਂ ਨੇ ਅੰਗਰੇਜ਼ਾਂ ਨਾਲ ਭਾਈਵਾਲੀ ਭਾਈ ਹੋਈ ਸੀ ਉਹ ਜ਼ਮੀਨ ਦੀ ਕਸ਼ਾਈ ਕਰਨ ਆਏ ਸਨ ਜਦੋਂ ਆਏ ਅਫਵਾਹਾਂ ਉੱਡਦੀਆਂ ਭਈ ਅੰਗਰੇਜ਼ ਉਹ ਜ਼ਮੀਨਾਂ ਨੂੰ ਨਾਪਦੇ ਤੋਲਦੇ ਫੈਰਦੇ ਨੇ ਇਹਨਾਂ ਫਰੰਗੀਆਂ ਨੇ ਸਾਰੇ ਦੇਸ਼ ਤੇ ਕਬਜ਼ਾ ਕਰ ਲੈਣਾ ਜਿੱਥੇ ਕੋਈ ਫਰੰਗੀ ਵੇਖਦੇ ਕਮਲਾ ਕਰਦੇ ਉਹ ਅਕਾਲੀ ਫੂਲਾ ਸਿੰਘ ਕੋਲ ਕਬਰ ਦੇ ਹਮਲਾ ਕਰ ਦਿੱਤਾ ਉਹ ਕਪਤਾਨ ਜਿਹੜਾ ਸੀ ਵਾਈਟ ਉਹ ਨਾਲ ਉਹਦੇ ਕੋਲ 100 ਪੈਦਲ ਸਿਪਾਹੀ ਵੀ ਸਨ ਉਹਨਾਂ ਨੂੰ ਭਜਾਇਆ ਜਿੱਥੇ ਕਪਤਾਨ ਸੀ ਉਧਰ ਜਦੋਂ ਗਏ ਲੜਾਈ ਸ਼ੁਰੂ ਹੋ ਗਈ ਛੇ ਸਿਪਾਹੀ ਮਾਰੇ ਗਏ 19 ਫੱਟੜ ਹੋ ਗਏ ਉਧਰੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਸਰਦਾਰ ਜਸਵੰਤ ਸਿੰਘ ਵਾਲੀਏ ਨਾਬਾ ਉਹਨਾਂ ਨੇ ਛੇਤੀ ਨਾਲ ਆਪਣੇ ਪੁੱਤਰ ਜਿਹੜਾ ਸੀ ਉਹਨੇ ਕੋ ਰਣ ਸਿੰਘ ਨੂੰ ਭੇਜਿਆ ਅਕਾਲੀ ਜਨ ਸਮਝਾਇਆ ਵੀ ਇਹ ਕੋਈ ਕਬਜ਼ਾ ਕਰਨ ਨਹੀਂ ਇਹ ਤਾਂ ਆਪਣੇ ਜ਼ਮੀਨ ਦੀ ਜੋ ਕਸ਼ਾਈ ਹੈਦਰ ਦੀਆਂ ریاستਾਂ ਦੀ ਉਹ ਆਪਣਾ ਕੰਮ ਕਰਨ ਆਏ ਨੇ ਫਿਰ ਜਾ ਕੇ ਕਿਧਰੇ 16 ਕੋਈ ਪਰ ਅੰਗਰੇਜ਼ਾਂ ਦੇ ਅੰਦਰ ਕਾਲੀ ਫੂਲਾ ਸਿੰਘ ਲਈ ਬਹੁਤ ਜ਼ਿਆਦੀ ਦਰਦ ਸੀ ਨਫ਼ਰਤ ਸੀ ਉਹ ਸਮਝਦੇ ਸਨ ਇਹ ਬਹਾਦਰ ਹੈ ਇਹਦਾ ਮਾਣ ਸਤਕਾਰ ਵੀ ਪੂਰਾ ਮਹਾਰਾਜੇ ਤੋਂ ਲੈ ਕੇ ਥੱਲੇ ਤੱਕ ਹਰ ਬੰਦਾ ਕਰਦਾ ਹੈ ਬੇਪਰਵਾਹ ਹੈ ਡਰਦਾ ਕਿਸੇ ਕੋਲੋਂ ਕੋਈ ਨਹੀਂ ਲਾਲਚ ਇਹਦੇ ਕੋਲ ਕੋਈ ਨਹੀਂ ਉਹਨਾਂ ਨੇ ਯਤਨ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਵੀ ਕਾਲੀ ਫੂਲਾ ਸਿੰਘ ਸਾਡੇ ਖਵਾਲੇ ਕਰੋ ਇਹਨੇ ਸਾਡੇ ਬੰਦਿਆਂ ਨਾਲ ਧੱਕਾ ਕੀਤਾ ਹੈ ਪਰ ਕਿੰਨੇ ਹਵਾਲੇ ਕਰਨਾ ਸੀ ਮਰ ਜਾ ਰਣਜੀਤ ਸਿੰਘ ਨੇ ਸਿਣੇ ਅੰਕ ਲਿਆ ਅਕਾਲੀ ਫੂਲਾ ਸਿੰਘ ਜੀ ਕੀ ਕਰਦੇ ਸਨ ਅੰਗ ਸਿੰਘ ਕਿਉਂਕਿ ਜਦੋਂ ਰਸਤਾ ਫੌਜਾਂ ਨੂੰ ਚਾਹੀਦੀਆਂ ਨੇ ਇਹਨਾਂ ਨੇ ਲੈੜੀਆਂ ਇਹਨਾਂ ਨੇ ਜਿਹੜੇ ਪਿੰਡ ਦੇ ਪੰਚਾਇਤ ਪੰਚ ਸਰਪੰਚਾਂ ਸਿਣੇ ਅੰਕ ਲੜਨਾ ਜਾਂ ਜਿਹੜੇ ਅਮੀਰ ਬੰਦੇ ਵੀ ਕਾਲਸੇ ਨੂੰ ਰਸਤ ਪਾਣੀ ਚਾਹੀਦੀ ਏ ਘੋੜੇ ਚਾਹੀਦੇ ਨੇ ਜਿਹੜਾ ਵੀ ਕੋਈ ਦੇ ਸਕਦਾ ਏ ਉਹ ਸੇਵਾ ਚ ਹਿੱਸਾ ਪਾਓ ਜਿਹੜੇ ਤੇ ਆਪਣੇ ਆਪ ਹੀ ਕੋਈ ਘੋੜਾ ਜਾਂ ਪੈਸਾ ਜਾਂ ਰਸਤਾ ਦੇ ਦੇਂਦੇ ਉਹ ਤੇ ਭਲਾ ਜਿਹੜਾ ਨਾ ਦੇਂਦੇ ਕੋਈ ਅਗੂ ਆਕੜ ਵਖਾਉਂਦੇ ਉਹਨਾਂ ਨੂੰ ਸੋਧਾ ਲਾ ਕੇ ਵੀ ਲੈ ਲੈਂਦੇ ਮਾਲਵੇ ਵਿੱਚ ਜਦੋਂ ਇਸ ਤਰ੍ਹਾਂ ਦੀ ਗੱਲ ਚੱਲੀ ਕਿਉਂਕਿ ਲੋਕਾਂ ਨੇ ਨਾ ਐਵੇਂ ਅਫਵਾਹ ਬਣਾਈਆਂ ਸਨ ਬੇਨੰਗ ਸਿੰਘ ਲੋਕਾਂ ਦੀ ਫਸਲਾਂ ਉਜਾੜਦੇ ਨਹੀਂ ਘਰ ਲੁੱਟਦੇ ਨਹੀਂ ਬਿਲਕੁਲ ਨਹੀਂ ਉਹ ਪਹਿਲਾਂ ਸਿਣੇ ਅੰਕਲ ਦੇ ਪੈਰ ਨੇ ਉਹ ਹਾਲਾਤ ਵੇਖੋ કેਇਸਨ ਜੇ ਉਹਨਾਂ ਨੇ ਪੰਚ ਦੀ ਸੇਵਾ ਕਰਨੀ ਹੈ ਤਾਂ ਉਹਨਾਂ ਨੇ ਢਿੱਡ ਪਾਲਣਾ ਹੈ ਤਾਂ ਉਹਨਾਂ ਕੋਲ ਸ਼ਸਤਰ ਤੇ ਘੋੜਾ ਚਾਹੀਦਾ ਹੈ ਤੇ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਖਬਰ ਗਈ ਤਾਂ ਉਹਨਾਂ ਨੇ ਕਿਹਾ ਕਿ ਅੰਗਰੇਜ਼ ਰੋਸ਼ਕੈਤਾ ਕਰ ਰਹੇ ਹਨ ਆਮ ਲੋਕਾਂ ਦੇ ਅੰਦਰ ਵੀ ਜਿਨ੍ਹਾਂ ਦੇ ਉੱਪਰ ਕਮਲਾ ਹੋਣਾ ਉਹ ਵੀ ਦੁਖੀ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ ਕਹਿ ਲੱਗਾ ਰਸਤ ਜਿੰਨੀ ਚਾਹੀਦੀ ਤੁਸੀਂ ਸਾਡੇ ਤੋਂ ਲਵੋ ਪਰ ਤੁਸੀਂ ਇਸ ਤਰ੍ਹਾਂ ਕਿਸੇ ਦੇ ਉੱਪਰ ਹਮਲਾ ਨਾ ਕਰੋ ਤੇ ਜਬਰੀ ਨਾ ਕਿਸੇ ਕੋਲੋਂ ਮੰਗੋ ਅਕਾਲੀ ਫੂਲਾ ਸਿੰਘ ਜੀ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਂਦੇ ਇੱਕ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਲੱਗਾ ਸੀ ਕੀਰਤਨ ਹੋ ਰਿਹਾ ਬੜੇ ਟਿਕਾਉ ਵਿੱਚ ਸੰਗਤ ਬੈਠੀ ਏ ਤੇ ਉਧਰੋਂ ਮਿਸਟਰ ਮਿਟਕਾਫ ਜਿਹੜਾ ਹੈ ਉਹ ਅੰਗਰੇਜ਼ ਸਰਕਾਰ ਵੱਲੋਂ ਏਜੰਟ ਬਣ ਕੇ ਆਇਆ ਸੀ ਪਿੰਨ ਪੋਲੀਅਨ ਜਿਵੇਂ ਕਿਦਰ ਹਮਲਾ ਕਰੇ ਕੱਲੇ ਅੰਗਰੇਜ਼ ਉਹਦਾ ਮੁਕਾਬਲਾ ਨਹੀਂ ਕਰਨ ਜੋਗੇ ਉਹ ਅਫਗਾਨੀਆਂ ਨੂੰ ਖਾਲਸਾ ਰਾਜ ਨੂੰ ਇਹਨਾਂ ਸਿੱਖ ਫੌਜਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ ਟੰਗ ਤੇ ਉਹਨਾਂ ਦੀ ਗਲਤ ਸੋਚ ਤੇ ਕੋਹ ਹੋਰ ਸੀ ਨਾ ਦੋ ਦੋ ਕੰਮ ਕਰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਪਾਉਣ ਲਈ ਆਏ ਸੀ ਮਿਸਟਰ ਮਿਟਕਾਫ ਨਾਲ ਜਿਹੜੀ ਫੌਜ ਸੀ ਉਹਨਾਂ ਚ ਕੁਝ ਮੁਸਲਮਾਨ ਸਨ ਮਹਰਮ ਦੇ ਦਿਨ ਆ ਗਿਆ ਅੰਮ੍ਰਿਤਸਰ ਉਤਾਰਾ ਸਿੰਘ ਮਰਮ ਦੇ ਦਿਨ ਤੇ ਉਹਨਾਂ ਮੁਸਲਮਾਨ ਵੀਰਾਂ ਨੇ ਤਾਜ਼ੀਆ ਕੱਢਿਆ ਜਿਵੇਂ ਆਪਾਂ ਜਲੂਸ ਕੱਢਦੇ ਆ ਨਗਰ ਕੀਰਤਨ ਉਹਨਾਂ ਤਾਜ਼ੀਆ ਕੱਢਿਆ ਤੇ ਉਹ ਨੱਚਦੇ ਟੱਪਦੇ ਉੱਚੇ ਉੱਚੇ ਅੱਲਾਹੁ ਅਕਬਰ ਅੱਲਾਹੁ ਅਕਬਰ ਉਹ ਕਰਦੇ ਕਰਦੇ ਇੱਥੇ ਅਕਾਲ ਤਖਤ ਸਾਹਿਬ ਤੇ ਨੇੜੇ ਕਰਮੰਦਰ ਸਾਹਿਬ ਨੇੜੇ ਬਾਜ਼ਾਰ ਚ ਆ ਕੇ ਬਹੁਤ ਰੋਲਾ ਪਾਉਂ ਅਕਾਲੀ ਫੂਲਾ ਸਿੰਘ ਨੇ ਪਤਾ ਕਰਾਇਆ ਤਿੰਨ ਸਿੰਘ ਕੱਲੇ ਪੀ ਜਾ ਉਹਨਾਂ ਨੂੰ ਕਹੋ ਇੱਥੇ ਕੀਰਤਨ ਹੋ ਰਿਹਾ ਏ ਇਹ ਮਹਾਰਾਜ ਜੀ ਦਾ ਘਰ ਏ ਇੱਥੇ ਰੌਲਾ ਪਾਣਾ ਠੀਕ ਨਹੀਂ ਅਗਾਹ ਚਲੇ ਜਾਓ ਜਾਂ ਪਿੱਛੇ ਹੋ ਜਾਓ ਜਦੋਂ ਸਿੰਘਾਂ ਨੇ ਕਿਹਾ ਉਹਨਾਂ ਜੋਸ਼ ਵਿੱਚ ਸੁਣੀ ਨਹੀਂ ਆ ਕੇ ਉਹਨਾਂ ਮੁਸਲਮਾਨ ਵੀਰਾਂ ਨੇ ਗੱਲ ਸਭੂ ਸਿੰਘਾਂ ਦੇ ਖੱਥੀ ਪੈ ਗਏ ਇੱਕ ਦੀ ਪੱਗ ਲੈ ਗਈ ਬਸ ਫਿਰ ਕੀ ਸੀ ਪੱਗ ਲੱਥੀ ਨਹੀਂ ਜਿਵੇਂ ਅੱਗ ਫੈਲਦੀ ਇਸ ਤਰ੍ਹਾਂ ਖਬਰ ਫੈਲਦੀ ਅਕਾਲੀ ਫੂਲਾ ਸਿੰਘ ਸਾਹਿਬ ਗਏ ਇਨਾਂ ਫੌਜਾਂ ਨੇ ਜਾ ਕੇ ਕਮਲਾ ਕਰ ਦਿੱਤਾ ਕੋ ਝਟਕਾ ਦਿੱਤੇ ਕੁਝ ਭੱਜ ਗਏ ਲੜਾਈ ਵੇਖ ਕੇ ਮਿਸਟਰ ਮਟਕਾਫ ਵੀ ਬੜਾ ਘਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਉਹ ਵੀ ਆਏ ਸਾਰਿਆਂ ਨੇ ਕਾਲੀ ਫੂਲਾ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਠੰਡੇ ਖੋਵੋ ਕੀ ਗੱਲ ਕੋਈ ਕਹਿਣ ਲੱਗੇ ਇਸ ਤਰ੍ਹਾਂ ਪੱਗ ਲੈ ਗਈ ਰੋਲਾ ਪਾਉਂਦੇ ਸਨ ਰੋਕਿਆ ਗੱਲ ਸੱਚੀ ਜਾਪੀ ਫਿਰ ਉਹਨਾਂ ਨੇ ਸ਼ਾਂਤੀ ਕਹਿੰਦੇ ਕਾਲੀ ਫੂਲਾ ਸਿੰਘ ਜੀ ਨੂੰ ਕਹਿੰਦੇ ਸਾਡੇ ਮਹਿਮਾਨ ਆਏ ਮਹਿਮਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਸਾਡਾ ਫਰਜ਼ ਨਹੀਂ ਬਣਦਾ ਤੁਸੀਂ ਰੁਕੋ ਰੋਕ ਕੇ ਪਿੱਛੇ ਲਿਆਂਦਾ ਮਿਸਟਰ ਮਟਕਾਫ ਨੂੰ ਕਿਹਾ ਵੀ ਇਹਨਾਂ ਨੇ ਦਸਤਾਰ ਲਾਈਏ ਦਸਤਾਰ ਕਦੇ ਸਿੱਖ ਬਰਦਾਸ਼ਤ ਨਹੀਂ ਕਰਦਾ ਕਿ ਸਿੱਖ ਦੀ ਦਸਤਾਰ ਲੈ ਜਾਏ ਇਹ ਬਹੁਤ ਵੱਡੀ ਸਾਡੀ ਬੇਇੱਜ਼ਤੀ ਹੈ ਇਸ ਕਰਕੇ ਤੁਸੀਂ ਇਸ ਦਾ ਕੋਈ ਬੁਰਾ ਨਹੀਂ ਮਨਾਉਣਾ ਅਕਾਲੀ ਫੂਲਾ ਸਿੰਘ ਜੀ ਠੀਕ ਨੇ ਇਹ ਉਹਨਾਂ ਦੀ ਗਲਤੀ ਹੈ ਜਿਨ੍ਹਾਂ ਨੇ ਗੱਲ ਮੰਨੀ ਨਹੀਂ ਕਹਿ ਤੋ ਗੱਲ ਰਫਾ ਦਫਾ ਹੋ ਗਈ ਪਰ ਅਕਾਲੀ ਫੂਲਾ ਸਿੰਘ ਸਾਹਿਬ ਦਾ ਸਤਕਾਰ ਸੀ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਕਿ ਜਿਵੇਂ ਬਾਕੀਆਂ ਨੂੰ ਕਿਸੇ ਨੂੰ ਕਹਿ ਕੇ ਚੁੱਪ ਕਰਾ ਦੇ ਨਹੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਨ ਦੇ ਪਰਵਾਹ ਤੇ ਕੇਵਲ ਸੱਚੇ ਪਾਤਸ਼ਾਹ ਦੀ ਗੁਰਬਾਣੀ ਚ ਸ਼ਬਦ ਆਉਂਦਾ ਹੈ ਨਾ ਸਾਨੂੰ ਇਹਨਾਂ ਰੰਗ ਜਿਹੜੇ ਰੱਬ ਦੇ ਪਿਆਰਿਆਂ ਦੇ ਸੁਰਤੀ ਬਿਰਤੀ ਕਿਹੋ ਜਿਹੀ ਹੁੰਦੀ ਹੈ ਬਚਨ ਹੁੰਦਾ ਹੈ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੇ ਬਾਜ ਸੱਚੇ ਨਾ ਇੱਕ ਅਕਾਲ ਪੁਰਖ ਦੀ ਪ੍ਰਵਾਹ ਕਿਸੇ ਖੂਰ ਦੀ ਨਹੀਂ ਕਰਦੇ ਜਿਹੜੇ ਉਹਦੇ ਰੰਗ ਵਿੱਚ ਰੰਗੇ ਜਾਂਦੇ ਅਕਾਲੀ ਫੂਲਾ ਸਿੰਘ ਜੀ ਨੂੰ ਪ੍ਰਵਾਹ ਨਹੀਂ ਕਿਸੇ ਦੀ ਮਦਦ ਲੋੜ ਦੀ ਮਦਦ ਅਕਾਲ ਪੁਰਖ ਦੀ ਕੇਵਲ ਲੈ ਕੇ ਤੁਰਦੇ ਨੇ ਹਰ ਕਦਮ ਪੁੱਟਦੇ ਨੇ ਤੇ ਅਕਾਲ ਪੁਰਖ ਕੋਲ ਆਗਿਆ ਗੁਰੂ ਕੇ ਪਿਆਰਿਓ ਉਹਨਾਂ ਦਾ ਸਹਾਰ ਆ ਲੈ ਚਿਤੁਰਤੇ ਨੇ ਇੱਕ ਵਾਰਾਂ ਖਬਰਾਂ ਪਹੁੰਚੀਆਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਪਾਸੇ ਤੇ ਖਾਲਸਾ ਰਾਜ ਦੀਆਂ ਖੱਦਾਂ ਵੱਧ ਰਹੀਆਂ ਨੇ ਮਿਸਲਾਂ ਸਾਰੀਆਂ ਲਗਭਗ ਉਹ ਪੰਗ ਕਰਕੇ ਇੱਕ ਰਾਜ ਕਾਇਮ ਹੋ ਗਿਆ ਰਾਜ ਦੀ ਸ਼ੋਭਾ ਵੀ ਖੋ ਰਹੀ ਹੈ ਲੋਕ ਸੁਖੀ ਬੜੇ ਕੰਨ ਪਰ ਦੂਸਰੇ ਪਾਸੇ ਇਹ ਨਵਾਂ ਨਵਾਂ ਬਣਿਆ ਰਾਜ ਇਹ ਕਿਦੜੇ ਛੇਤੀ ਖਤਮ ਨਾ ਹੋ ਜਾਵੇ ਬੜਾ ਦਰਦ ਸੀ ਅਕਾਲੀ ਫੂਲਾ ਸਿੰਘ ਸਮਝਦੇ ਸਨ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਚੇਤ ਕਰਨਾ ਚਾਹਿਆ ਕਿ ਜਿਹੜੀਆਂ ਗਲਤੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੂੰ ਕੋਣੇ ਸੁਧਾਰੋ ਨਹੀਂ ਤੇ ਇਹ ਖਾਲਸਾ ਰਾਜ ਦਾ ਨੁਕਸਾਨ ਬੜੇ ਕਰਨਗੇ ਸਿਣੇ ਕੱਲੇ ਉੱਚੇ ਬੈਠੇ ਨੇ ਡੋਗਰੇ ਉੱਥੇ ਬੈਠੇ ਨੇ ਮਿਸਰ ਗੰਗਾ ਰਾਮ ਵਰਗ ਇਹ ਨੇੜੇ ਲਾਹੌਰ ਦਰਬਾਰ ਅੰਦਰ ਨਿਤ ਪੁੱਠੀਆਂ ਪਟੀਆਂ ਪੜਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਪਰੋਤਾ ਉਹ ਇਹ ਦਿਖਾ ਰਹੇ ਨੇ ਸਿੱਖ ਰਾਜ ਦੇ ਖਾਲਸਾ ਰਾਜ ਦੇ ਵਫਾਦਾਰ ਆ ਪਰ ਅੰਦਰੋਂ ਬਿਲਕੁਲ ਬੇਈਮਾਨ ਨੇ ਅਕਾਲੀ ਫੂਲਾ ਸਿੰਘ ਦੀ ਆਤਮਾ ਜਾਣਦੀ ਏ ਲਾਹੌਰ ਗਏ ਕਿਸੇ ਦੀ ਹਿੰਮਤ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਕਵੇ ਤਾਕਤ ਹੀ ਉਹਨਾਂ ਕੋਲ ਤਿੰਨ ਤਾਕਤਾਂ ਨੈਪੋਲੀਅਨ ਅੰਗਰੇਜ਼ ਤੇ ਖਾਲਸਾ ਰਾਜ ਦੀ ਬਰਾਬਰ ਦੀ ਤਾਕਤ ਅੰਗਰੇਜ਼ਾਂ ਨੇ ਸਿਨਿਆ ਦਿੱਤਾ ਕਿ ਨੈਪੋਲੀਅਨ ਆ ਗਿਆ ਤੇ ਅਸੀਂ ਰਲ ਕੇ ਟੱਕਰਾ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਲੋੜ ਨਹੀਂ ਨੈਪੋਲੀਅਨ ਆਏਗਾ ਤੁਹਾਡੀ ਲੋੜ ਨਹੀਂ ਸੀ ਇਕੱਲੇ ਹੀ ਟੱਕਰ ਲੈਣ ਜੋਗੇ ਖਾਂ ਤੇ ਉਸ ਦੇ ਪੈਰ ਨਹੀਂ ਲੱਗਣ ਦਿਆਂਗੇ ਅੰਗਰੇਜ਼ ਘੋਰ ਘਬਰਾ ਗਏ ਸਨ ਪਰ ਉਸ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਵੀ ਇਤਨੀ ਵੱਡੀ ਤਾਕਤ ਵਾਲੇ ਦੇ ਵੀ ਸਾਹਮਣੇ ਕੌਣ ਬੋਲੇ ਜੇ ਬੋਲਦਾ ਤੇ ਅਕਾਲੀ ਫੂਲਾ ਸਿੰਘ ਸਾਹਿਬ ਐ ਨਹੀਂ ਪੋਣਾ ਨੂੰ ਮਾੜਾ ਬੋਲਦੇ ਨੇ ਲਾਹੌਰ ਗਏ ਭੀ ਉਹਨਾਂ ਨੂੰ ਮਿਲਿਆ ਜਾਵੇ ਇਹਨਾਂ ਡੋਗਰਿਆਂ ਨੇ ਮਿਲਣ ਨਾ ਦਿੱਤਾ ਕਈ ਦਿਨ ਉਡੀਕਿਆ ਕਹਿਣ ਲੱਗੇ ਪਰਾਂ ਘਟੋ ਤੁਹਾਡੇ ਪੁੱਛਣ ਦੀ ਜ਼ਰੂਰਤ ਨਹੀਂ ਤੱਕੇ ਨਾਲ ਹੀ ਦਰਬਾਰ ਵਿੱਚ ਜਾਵੜੇ ਜਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਫਤਿਹ ਬੁਲਾਈ ਕਹਿਣ ਲੱਗੇ ਦੇਖ ਰਣਜੀਤ ਸਿੰਘ ਤੈਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਇਹ ਸੇਵਾ ਦਿੱਤੀ ਤਲਗੀਆਂ ਵਾਲੇ ਦਾ ਪੰਥ ਤੇ ਉਹਦਾ ਤੈਨੂੰ ਮਾਲੀ ਦੀ ਸੇਵਾ ਮਿਲੀ ਏ ਇਹ ਸਾਰੀਆਂ ਕਲਾ ਸਤਿਗੁਰੂ ਦੀਆਂ ਵਰਤ ਰਹੀਆਂ ਨੇ ਰਾਜ ਕਾਇਮ ਹੋ ਗਿਆ ਹੀ ਪਰ ਤੈਨੂੰ ਅਸੀਂ ਪੰਜ ਗੱਲਾਂ ਤੈਨ ਆਇਆ ਇਹਨਾਂ ਤੋਂ ਸੁਚੇਤ ਹੋ ਜਾ ਨਹੀਂ ਤੇ ਖਾਲਸਾ ਰਾਜ ਬਰਬਾਦ ਹੋ ਜੀਗਾ ਬਣਦਾ ਬਣਦੇ ਟਹਿ ਜਾਏਗਾ ਕਹਿਣ ਲੱਗੇ ਦੱਸੋ ਕਿਹੜੀਆਂ ਪੰਜ ਗੱਲਾਂ ਇਹ ਕਹਿਣ ਲੱਗੇ ਤੁਸੀਂ तमाम ਮੁੱਖ ਜ਼ਿੰਮੇਵਾਰੀਆਂ ਡੋਗਰਿਆਂ ਨੂੰ ਦੇ ਰਹੇ ਹੋ ਇਹ ਬੇਈਮਾਨ ਲੋਕ ਜੇ ਅੰਦਰੋਂ ਵਫਾਦਾਰ ਨਹੀਂ ਦੂਸਰੀ ਗੱਲ ਮਿਸਰ ਗੰਗਾ ਰਾਮ ਦੀਆਂ ਮਨ ਪਾਉਂਦੀਆਂ ਕਾਰਵਾਈਆਂ ਤੁਹਾਨੂੰ ਦਿਸਦੀਆਂ ਨਹੀਂ ਉਹ ਕਿਵੇਂ ਪਰਜਾ ਨੂੰ ਦੁੱਖ ਦੇ ਰਿਹਾ ਤੇ ਮਰਜ਼ੀ ਨਾਲ ਜੋ ਮਰਜ਼ੀ ਚਾਵੇ ਕਰਕੇ بڑے بڑے ਵਡੇ ਜਿਹੜੇ ਬਹਾਦਰ ਜੋਧੇ ਵਫਾਦਾਰ ਉਹਨਾਂ ਦਾ ਨਿਰਾਦਰ ਖੋ ਰਿਹਾ ਹੈ ਤੀਸਰਾ ਮਿਸਰ ਗੰਗाराम ਆਪਣੀ ਰਿਸ਼ਤੇਦਾਰ ਤੇ ਸਬੰਧੀਆਂ ਨੂੰ ਦਰਬਾਰ ਵਿੱਚ ਭਰਤੀ ਕਰਵਾ ਰਿਹਾ ਹੈ ਇਹਨਾਂ ਤੋਂ ਬਚੋ ਚੌਥੀ ਗੱਲ ਕਹੀ ਸੀ ਮਹਾਰਾਜਾ ਖੜਕ ਸਿੰਘ ਤੇ ਤੁਹਾਡੇ ਵਿੱਚ ਫੁੱਟ ਪਾਣ ਲਈ ਇਹ ਲੋਕ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਮਜਾਬ ਖੋ ਰਹੇ ਨੇ ਬਚੋ ਪੰਜਵਾਂ ਕਹਿਆ ਸੀ ਕਵਰ ਸ਼ੇਰ ਸਿੰਘ ਦੇ ਅੰਦਰ ਤੁਹਾਡੇ ਪ੍ਰਤੀ ਨਫ਼ਰਤ ਈਰਖਾ ਪੈਦਾ ਕਰ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਇਹਨਾਂ ਤੋਂ ਸੁਚੇਤ ਹੋ ਸੁਣ ਲਈਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਨੇ ਸਹਿਜ ਨਾਲ ਸਤਕਾਰ ਵੀ ਕੀਤਾ ਕਾਲੀ ਫੂਲਾ ਸਿੰਘ ਦਾ ਪਰ ਇਹਨਾਂ ਕਾਰਵਾਈਆਂ ਨੂੰ ਸੁਧਾਰਨ ਦੀ ਜਵਾਬ ਉਹਨਾਂ ਦਾ ਕੋਈ ਬਹੁਤਾ ਵਧੀਆ ਨਹੀਂ ਸੀ ਢਿੱਲਾ ਸੀ ਹੋਵੇ ਕਿ ਅਕਾਲੀ ਫੂਲਾ ਸਿੰਘ ਨਿਰਾਸ਼ ਹੋਏ ਕਹਿਣ ਲੱਗੇ ਚੰਗਾ ਰਣਜੀਤ ਸਿਆ ਜੇ ਪੰਜੇ ਚੀਜ਼ਾਂ ਤੇ ਨਾ ਧਿਆਨ ਕੀਤਾ ਉਹ ਰਾਜਾ ਤੇਰੀ ਮਰਜ਼ੀ ਤੈਨੂੰ ਸੁਚੇਤ ਕਰਨਾ ਮੇਰਾ ਫਰਜ਼ ਸੀ ਜੇ ਤੂੰ ਨਹੀਂ ਇਹਨਾਂ ਨੂੰ ਸੁਧਾਰਨਾ ਨਾ ਚੀਜ਼ਾਂ ਸੁਧਾਰ ਕਰਨਾ ਅਕਾਲੀ ਫੂਲਾ ਸਿੰਘ ਦੀ ਛੇਕੜ ਲਈ ਫਤੇ ਸਿੰਘ ਫਤੇ ਸਮਝ ਲੈ ਉੱਥੇ ਫਤੇ ਬੁਲਾਈ ਤੇ ਕਹਿ ਕੇ ਤੁਰ ਆਏ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਸਫਾਈ ਦੇਣੀ ਚਾਹੀ ਪਰ ਫਤੇ ਬੁਲਾ ਕੇ ਇਹ ਅਨੰਦਪੁਰ ਸਾਹਿਬ ਕਹਿੰਦੇ ਸੀ ਜਾਣੇ ਆ ਬਸ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਬਕਾ ਪੈ ਗਿਆ ਖਬਰਾਂ ਤੇ ਬਾਹਰ ਜਾਣੀਆਂ ਹੀ ਨੇ ਖੁਫੀਏ ਬੈਠੇ ਨੇ ਅੰਦਰ ਬਾਹਰ ਜੇ ਬਾਹਰੋਂ ਖੁਫੀਏ ਲੋਕ ਖਬਰਾਂ ਲੈ ਕੇ ਆਉਂਦੇ ਅੰਦਰੋਂ ਵੀ ਬਾਹਰ ਜਾਣੀਆਂ ਸੁਭਾਵਕ ਕੈਂ ਆਈਆਂ ਨੇ ਅਕਾਲੀ ਫੂਲਾ ਸਿੰਘ ਦਾ ਪ੍ਰਭਾਵ ਦੇਖਣ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੱਤਾ ਇਧਰ ਜਦੋਂ ਅਨੰਦਪੁਰ ਸਾਹਿਬ ਆਰਿਸਨ ਲੁਧਿਆਣੇ ਅੰਗਰੇਜ਼ਾਂ ਦਾ ਏਜੰਟ ਬੈਠਾ ਉਹ ਡਰ ਗਿਆ ਉਹ ਵਕੀਲ ਨੇ ਪੂਰੀ ਬਾਤ ਚ ਰਿਪੋਰਟ ਦਿੱਤੀ ਉਹਨਾਂ ਲੱਗਦਾ ਕਾਲੀ ਫੂਲਾ ਸਿੰਘ ਇਧਰ ਹਮਲਾ ਕਰੇਗਾ ਜਿਨੇ ਪਹਿਲਾ ਇਧਰ ਆਇਆ ਮਾਲਵੇ ਵੱਲ ਕਿਸੇ ਦੀ ਪਰਵਾਹ ਨਹੀਂ ਕੀਤੀ ਉਹਨੇ ਸੋਚਿਆ ਕਮਲਾ ਕਰਨਾਰੇ ਨੂੰ ਫੌਜਾਂ ਦੀ ਤਿਆਰੀ ਵੀ ਕਰ ਲਈ ਪਰ ਸ਼ਰਮਿੰਦਾ ਹੋਇਆ ਉਦੋਂ ਜਦੋਂ ਅਕਾਲੀ ਫੂਲਾ ਸਿੰਘ ਤੇ ਕਮਲਾ ਕਰਨੀ ਆਨੰਦਪੁਰ ਸਾਹਿਬ ਉੱਤੇ ਜਾ ਰਹੇ ਸਨ ਵੈਸੇ ਹੀ ਜਦੋਂ ਚਲੇ ਗਏ ਫਿਰ ਇਹਨੂੰ ਸ਼ਾਂਤੀ ਆਈ ਹੁਣ ਜਦੋਂ ਅਕਾਲੀ ਫੂਲਾ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਨੇ ਤਾਂ ਉਹਨਾਂ ਨੇ ਛੋਟੀਆਂ ਵੱਡੀਆਂ ਇੱਥੇ ਵੀ ਲੜਾਈਆਂ ਵਿੱਚ ਕਿੱਸਾ ਲਿਆ ਪ੍ਰਭਾਵ ਬੜਾ ਹੈ ਉਹਨਾਂ ਦਾ ਕਿਸੇ ਦੀ ਹਿੰਮਤ ਨਹੀਂ ਕਾ ਲਈ ਫੂਲਾ ਸਿੰਘ ਨੂੰ ਕੋਈ ਰੋਕ ਟੋਕ ਸਕੇ ਉਧਰ ਜੀਨ ਰਿਆਸਤ ਦੇ ਕਮਰ ਪ੍ਰਤਾਪ ਸਿੰਘ ਦੀ ਸਰਕਾਰ ਨਾਲ ਆਪਣੀ ਇਰਿਆਸਤੀ ਪ੍ਰਬੰਧਾ ਚ ਕੁਝ ਖੱਟ ਪੱਟੀ ਖੋ ਗਏ ਉਹਨੂੰ ਖਤਰਾ ਪਾਸਿਆ ਕਿ ਮੈਨੂੰ ਪਕੜ ਕੇ ਸਜ਼ਾ ਨਾ ਦੇਣ ਜਾਂ ਹੋਰ ਨਾ ਕਿਸੇ ਪ੍ਰਕਾਰ ਦੀ ਗੜਬੜ ਹੋਵੇ ਉਹਨੇ ਸੋਚਿਆ ਕਿਸੇ ਦਾ ਆਸਰਾ ਲਵਾਂ ਉਹਨੋ ਦੇ ਸਿਆਜਕਰ ਕੋ ਮੈਨੂੰ ਇਸ ਮੁਸੀਬਤ ਵੇਲੇ ਅੰਗਰੇਜ਼ਾਂ ਤੋਂ ਬਚਾ ਸਕਦਾ ਹੈ ਤੇ ਉਹ ਅਕਾਲੀ ਫੂਲਾ ਸਿੰਘ ਸਾਹਿਬ ਨੇ ਆਨੰਦਪੁਰ ਸਾਹਿਬ ਆ ਗਏ ਸ਼ਰਨ ਲਈ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਕਵਰ ਪ੍ਰਤਾਪ ਸਿੰਘ ਜੀ ਦੀ ਸ਼ਰਨ ਲਈਏ ਨਾ ਤੂੰ ਬੇਫਿਕਰ ਹੋ ਕੇ ਰਹੁ ਹੁਣ ਤੇਰੇ 33 ਵਾ ਨਹੀਂ ਲੱਗੇਗੇ ਅੰਗਰੇਜ਼ਾਂ ਨੂੰ ਪਤਾ ਲੱਗਾ ਉਹਨਾਂ ਨੇ ਹੋਰ ਗੱਲ ਚੁੱਕੀ ਭੀ ਦੇਖੋ ਸਾਡੇ ਬਾਗੀ ਨੂੰ ਇਹਨਾਂ ਨੇ ਆਸਰਾ ਦਿੱਤਾ ਏ ਇਹ ਸਾਡੇ ਵਿਰੋਧੀ ਨੇ ਬਾਗੀ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਪ੍ਰੈਸ਼ਰ ਪਵਾਣਾ ਚਾਹਿਆ ਜਦੋਂ ਇਹਨਾਂ ਨੇ ਆ ਕੇ ਕਿਹਾ ਵੀ ਕਮਰ ਪ੍ਰਤਾਪ ਸਿੰਘ ਸਾਡੇ ਖਵਾਲੇ ਕਰੋ ਅਕਾਲੀ ਫੂਲਾ ਸਿੰਘ ਕਹਿੰਦੇ ਬਿਲਕੁਲ ਅੰਗਰੇਜ਼ਾਂ ਦੇ ਸਿਣੇ ਜਿਹੜਾ ਅਸੀਂ ਕਹਿੰਦੇ ਬਿਲਕੁਲ ਭੁੱਲ ਜਾਓ ਬਿਲਕੁਲ ਨਹੀਂ ਵਾਪਸ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਬਿਰਦੇ ਉਹਨਾਂ ਦੀ ਸ਼ਰਨ ਵਿੱਚ ਆਵੇ ਖਾਲਸੇ ਦੇ ਆਵੇ ਉਹਦੀ ਬਾਹਮ ਫੜਣੀ ਅਸੀਂ ਬਾਹਮ ਪਕੜੀਏ ਇਹਨੂੰ ਇਤੋ ਸਿਧਾਂਗੇ ਨਹੀਂ ਬਹੁਤ ਵਿਰੋਧ ਹੋਇਆ ਉਧਰ ਡੋਗਰਿਆਂ ਨੇ ਗੱਲ ਚੁੱਕ ਲਈ। ਲਾਹੌਰ ਦਰਬਾਰ ਅੰਦਰ ਮਹਾਰਾਜਾ ਰਣਜੀਤ ਸਿੰਘ ਨੂੰ ਐਖੋ ਜੀਆਂ ਪੱਟੀਆਂ ਪੜਾਈਆਂ। ਅੰਗਰੇਜ਼ ਕਹਿਣ ਲੱਗੇ ਇਹਨਾਂ ਨੂੰ ਇਥੋਂ ਆਨੰਦਪੁਰ ਸਾਹਿਬ ਤੋਂ ਕੱਢ ਕੇ ਉਧਰ ਆਪਣੇ ਰਾਜ ਵਿੱਚ ਤੁਸੀਂ ਉਧਰ ਬੁਲਾਓ। ਇਧਰ ਨਹੀਂ ਰਹਿਣੇ ਚਾਹੀਦੇ, ਸਾਨੂੰ ਖਤਰਾ ਹੈ। ਜੇ ਮਿੱਤਰਤਾ ਹੈ ਤੇ ਤੂੰ ਹਟਨੇ ਚਾਹੀਦੇ ਨੇ। ਅਕਾਲੀ ਫੂਲਾ ਸਿੰਘ ਵਾਸਤੇ ਸਿਣਿਆ ਆਇਆ ਉਹ ਕਹਿਣ ਲੱਗੇ ਬਿਲਕੁਲ ਕਿਸੇ ਦੀ ਪਰਵਾਹ ਨਹੀਂ ਫੂਲਾ ਸਿੰਘ ਜੀ ਇੱਥੇ ਹੀ ਰਹਿਣਗੇ ਅਨੰਦਪੁਰ ਸਾਹਿਬ ਤੇ ਜਿਵੇਂ ਰਹਿ ਰਹੇ ਆ ਮਹਾਰਾਜ ਦੇ ਆਸਰੇ ਏਦਾਂ ਹੀ ਰਹਿਣਾ ਹੈ ਉਹਨਾਂ ਨੇ ਨਾ ਕਰ ਦਿੱਤੇ ਡੋਗਰਿਆਂ ਨੇ ਇੰਨਾ ਪੜਕਾ ਦਿੱਤਾ ਕਿ ਦੀਵਾਨ ਗੁਰੂ ਕੇ ਪਿਆਰਿਓ ਮੋਤੀराम ਖੋਦ ਫੌਜਾਂ ਲੈ ਕੇ ਇਹਨਾਂ ਨੇ ਕਿਹਾ ਵੀ ਫਲੋਰ ਦੇ ਕਿਲੇ 'ਚ ਫੌਜਾਂ ਲਵੋ ਹਮਲਾ ਕਰਕੇ ਜਬਰੀ ਪਕੜ ਕੇ ਲਿਆਉ ਲਈ ਕਰਕੇ ਅਕਾਲੀ ਫੂਲਾ ਸਿੰਘ ਨੂੰ ਲਾਹੌਰ ਦਰਬਾਰ ਅੰਦਰ ਫੌਜਾਂ ਲੈ ਕੇ ਫਲੋਰ ਤੋਂ ਵੀ ਜਦੋਂ ਅਨੰਦਪੁਰ ਸਾਹਿਬ ਵੱਲ ਗਏ ਪਹੁੰਚੇ ਨੇ ਉਧਰੋਂ ਅੰਗਰੇਜ਼ਾਂ ਨੇ ਜਸਵੰਤ ਸਿੰਘ ਜੀ ਵਾਲੀਏ ਨਾਬਾ ਉਹਨਾਂ ਨੂੰ ਨਵਾਬ ਮਲੇਰ ਕੋਟਲਾ ਨੂੰ ਉਹਨਾਂ ਦੀਆਂ ਫੌਜਾਂ ਇਧਰੋਂ ਭੇਜੀਆਂ ਤੇ ਉਧਰੋਂ ਲਾਹੌਰ ਦਰਬਾਰ ਵੱਲ ਹੋਣਗੇ ਤੇ ਫੌਜਾਂ ਹਮਲਾ ਕਰਕੇ ਕਾਲੀ ਫੂਲਾ ਸਿੰਘ ਦਾ ਕਿੰਨਾ ਕੁ ਪ੍ਰਭਾਵ ਕੋਹਿਦਾ ਵੱਡੇ ਵੱਡੇ ਬਹਾਦਰਨ ਹੋਣਾ ਪਿਆ ਪਹਿਲਾਂ ਜਦੋਂ ਲਾਹੌਰ ਦਰਬਾਰ ਵੱਲੋਂ ਆਏ ਨੇ ਗੁਰੂ ਕੇ ਪਿਆਰਿਓ ਇਹ ਕਮਲਾ ਕਰਨ ਜਦੋਂ ਕਮਲਾ ਕਰਨਾ ਹੈ ਫੌਜਾਂ ਨੂੰ ਦੱਸਿਆ ਗਿਆ ਦੀਵਾਨ ਮੋਤੀ ਰਾਮ ਨੂੰ ਪੁੱਛਿਆ ਵੀ ਕਮਲਾ ਕਿਦੇ ਤੇ ਕਰਨਾ ਹੈ ਕਹਿਣ ਲੱਗੇ ਅਕਾਲੀ ਫੂਲਾ ਸਿੰਘ ਜੀ ਨੂੰ ਪਕੜਨ ਆਏ ਆ ਫੌਜਾਂ ਨੇ ਕਿ ਅਕਾਲੀ ਫੂਲਾ ਸਿੰਘ ਨੂੰ ਪਕੜਨ ਆਏ ਆ ਤੇ ਆਪਾਂ ਆਏ ਆ ਲਾਹੌਰ ਦਰਬਾਰ ਵੱਲੋਂ ਕਹਿਣ ਲੱਗੇ ਨਹੀਂ ਹੋ ਸਕਦਾ ਅਕਾਲੀ ਫੂਲਾ ਸਿੰਘ ਸੰਤ ਸਿਪਾਈ ਅਕਾਲੀ ਫੂਲਾ ਸਿੰਘ ਨਿਸ਼ਕਾਮ ਸੇਵਕ ਉਸ ਦੇ ਸਦਕਾ ਬਹਾਦਰ ਯੋਧੇ ਸਦਕਾ ਤਾਂ ਚਾਰਚ ਫੇਰੇ ਭਲਾ ਕੋ ਰਿਆ ਬੇ ਪਰਵਾਹੀਆਂ ਮਿਲ ਰੀਆਂ ਨੇ ਉਸ ਦੇ ਉੱਪਰ ਖਮਲਾ ਕਰਨਾ ਕਿਸੇ ਵੀ ਕੀਮਤ ਸਾਨੂੰ ਪਰਮਾਨ ਨਹੀਂ ਸਾਰੀ ਫੌਜ ਨੇ ਸ਼ਸਤਰ ਲਾ ਕੇ ਜ਼ਮੀਨ ਤੇ ਰੱਖ ਦਿੱਤੇ ਕਹਿੰਦੇ ਅਕਾਲੀ ਫੂਲਾ ਸਿੰਘ ਤੇ ਖਮਲਾ ਨਹੀਂ ਕਰਾਂਗੇ ਜਦੋਂ ਪੂਰੀ ਫੌਜ ਨੇ ਇੰਨਾ ਵੱਡੀ ਗੱਲ ਕਹਿ ਦਿੱਤੀ ਤੇ ਫਿਰ ਦੀਵਾਨ ਮੁਤਿ ਆਹਮ ਨੇ ਕੀ ਕਰਨਾ ਸੀ ਵਾਪਸ ਮੁੜ ਗਏ ਅਕਾਲੀ ਫੂਲਾ ਸਿੰਘ ਦੀ ਚੜ੍ਹਤ ਹੋਰ ਖੋ ਗਈ ਜਦੋਂ ਅੰਗਰੇਜ਼ਾਂ ਵੱਲੋਂ ਜਸਵੰਤ ਸਿੰਘ ਤੇ ਉਧਰੋਂ ਰਾਜੇ ਦੀ ਕਮਾਂਡ ਤੇ ਨਵਾਬ ਮਲੇਰਕੋਟਲੇ ਵੱਲ ਫੌਜਾਂ ਆਈਆਂ ਉਹਨਾਂ ਫੌਜਾਂ ਨੇ ਵੀ ਹਥਿਆਰ ਸੁੱਟ ਦਿੱਤੇ ਕਿਨ ਲੱਗੀ ਅਕਾਲੀ ਫੂਲਾ ਸਿੰਘ ਤੇ ਹਮਲਾ ਨਹੀਂ ਕਰਾਂਗੇ ਕਿ ਢੀ ਪਿਆਰੀ ਸ਼ਖਸੀਅਤ ਹੋਏਗੀ ਗੁਰੂ ਕੇ ਪਿਆਰਿਓ ਭਾਵੇਂ ਉਹਨਾਂ ਦੇ ਨਾਮ ਚੱਲੇ ਨਿਹੰਗ ਸਿੰਘ ਬਾਣੇ ਵਿੱਚ ਆ ਕੇ ਬਹੁਤ ਵੱਡੀਆਂ ਤੋਂ ਵੱਡੀਆਂ ਉੱਚੀਆਂ ਰੂਹਾਂ ਸੀ ਅੱਜ ਕਹਿਣ ਦਾ ਕੋਣ ਨਹੀਂ ਆ ਪਰ ਜਦੋਂ ਕਿਦਰੇ ਕੋਈ ਕੇਵਲ ਭੰਗ ਦਾ ਸਹਾਰਾ ਲੈ ਕੇ ਨਿਹੰਗ ਸਿੰਘ ਬਾਣੇ ਨੂੰ ਵਿੱਚ ਤੁਰਦਾ ਫਿਰਦਾ ਉਹਦੇ ਨਾਲ ਬਦਨਾਮੀ ਕਰਾਉਂਦੇ ਨੇ ਉਹ ਬੜੀ ਮਾੜੀ ਗੱਲ ਨੇ ਇਹ ਬਾਣਾ ਬੜਾ ਪਵਿੱਤਰ ਹੈ ਇਸ ਬਾਣੇ ਵਿੱਚ ਰਹਿ ਕੇ ਬੜੀਆਂ ਕਾਲਣਾ ਕਾਲੀਆਂ ਨੇ ਸਿੱਖੀ ਦਾ ਵੱਡਾ ਪ੍ਰਚਾਰ ਕੀਤਾ ਏ ਵਡੀਆਂ-ਵਡੀਆਂ ਤਾਕਤਾਂ ਦੇ ਦਿਲ ਕਮਾ ਦਿੱਤੇ ਨੇ ਪਰ ਐਸਾ ਨਾ ਹੋਵੇ ਇਸ ਬਾਣੀ ਅੰਦਰ ਕੋਈ ਨਸ਼ੇ ਚ ਗੁਣੂੰਦ ਖੋ ਕੇ ਲੋਕਾਂ ਦੇ ਖਾਸੇ ਠੱਠੇ ਦਾ ਕਾਰਨ ਬਣੇ ਉਹ ਨਾ ਬਣੇ ਅਕਾਲੀ ਫੂਲਾ ਸਿੰਘ ਦਾ ਪ੍ਰਭਾਵ ਮਹਾਰਾਜਾ ਰਣਜੀਤ ਸਿੰਘ ਨੂੰ ਦਬਕਾ ਮਾਰ ਸਕਦਾ ਹੈ ਤੇ ਉਹ ਅੰਗਰੇਜ਼ ਦੇ ਡਰ ਦੇ ਤੇ ਉਹਦੇ ਤੋਂ ਜੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਭੁੱਲ ਖੋ ਗਈਏ ਗੁਰੂ ਕੇ ਪਿਆਰਿਓ ਭੁੱਲ ਕਿਹੜੀ ਖੋਈਏ ਉਹ ਬਾਅਦ ਵਿੱਚ ਜ਼ਿਕਰ ਕਰਦੇ ਆ ਜਦੋਂ ਫੌਜਾਂ ਨੇ ਤਿਆਰ ਸੁੱਟ ਦਿੱਤੇ ਕੋਈ ਚਾਰਾ ਨਾ ਚੱਲਿਆ ਡੋਗਰੇ ਉਧਰ ਪਰੇ ਕਨ ਮਹਾਰਾਜਾ ਰਣਜੀਤ ਸਿੰਘ ਸਮਝਦਾ ਹੈ ਕਿ ਕਿੰਨੇ ਲੋਕਾਂ ਦੀ ਖਮਦਰਦੀ ਅਕਾਲੀ ਫੂਲਾ ਸਿੰਘ ਨਾਲ ਉਹ ਕਹਿਣ ਲੱਗੇ ਖੁਣ ਜੇ ਨਾਂ ਬੁਲਾਇਆ ਜਿਹੜੀ ਅੰਗਰੇਜ਼ਾਂ ਨਾਲ ਮਿੱਤਰਤਾ ਚੱਲ ਰਹੀ ਉਹਦੇ 'ਚ ਰੁਕਾਵਟ ਪੈਣੀ ਉਹ ਹੀ ਪ੍ਰਭਾਵ ਸੀ ਉਹਨਾਂ ਨੇ ਹੋਰ ਟੰਗ ਵਰਤਿਆ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਜੀ ਤੁਸੀਂ ਮਨਾ ਕੇ ਲਿਆਓ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦਾ ਬੜਾ ਸਿੱਖ ਰਾਜ ਦੇ ਅੰਦਰ ਬਹੁਤ ਵੱਡੀ ਖਸਤੀ ਸਨ ਉਹਨਾਂ ਦਾ ਪ੍ਰਭਾਵ ਸੀ ਉਹਨਾਂ ਦੀ ਹੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਮਿਸਲਾਂ ਦੇ ਆਗੂਆਂ ਤੋਂ ਬਚੇ ਸਨ ਤੇ ਰਾਜ ਭਾਗ ਮਿਲਿਆ ਸੀ ਜਦੋਂ ਵੀ ਕਿਧਰੇ ਦੋ ਤੀਰਾਂ ਲੜਦੀਆਂ ਤੇ 16 ਕੁਰਬਾਨ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਨੇ ਬਹੁਤ ਵੱਡੇ ਰੋਲ ਅਦਾ ਕੀਤੇ ਸਨ ਬਾਬਾ ਸਾਧ ਸਿੰਘ ਜੀ ਬੇਦੀ ਸਾਹਿਬ ਜੀ ਦੇ ਰਹੀਂ ਕਿ ਆ ਤੁਸੀਂ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਆਜੋ ਅਨੰਦਪੁਰ ਸਾਹਿਬ ਛੱਡ ਦਿਓ ਤੇ ਕਾਲੀ ਫੂਲਾ ਸਿੰਘ ਜੀ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਆ ਗਏ ਹੁਣ ਜਦੋਂ ਅੰਮ੍ਰਿਤਸਰ ਸਾਹਿਬ ਆਏ ਨੇ ਕਿੰਨਾ ਕੋਰੋਬ ਖੋਏਗਾ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਇੱਥੇ ਆਏ ਹਰਮੰਦਰ ਸਾਹਿਬ ਅਰਦਾਸ ਕੀਤੀ ਕਾਲ ਤੱਕ ਸਾਹਿਬ ਆਏ ਕਾਲੀ ਫੂਲਾ ਸਿੰਘ ਮਿਲੇ ਤੇ ਚਿਹਰੇ ਤੇ ਉਦਾਸੀ ਵੇਖੀ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਨੂੰ ਇਨਾ ਬਹਾਦਰ ਜੋਧਾ ਤੇ ਚਿਹਰਾ ਉਦਾਸ ਕਿਉਂ ਹੈ ਅੱਜ ਕਹਿਣ ਲਗਾ ਕਾਲੀ ਫੂਲਾ ਸਿੰਘ ਜੀਓ ਮਲਤਾਨ ਤੇ ਕਮਲਾ ਕੀਤਾ ਹੈ ਉਥੋਂ ਦਾ ਨਵਾਬ ਮੁਜੱਫਰ ਖਾਨ ਨੇ ਇਨਾ ਨੂੰ ਪ੍ਰਬੰਧ ਕੀਤਾ ਆਪਣੇ ਕੋਲ ਸਿੱਖ ਫੌਜਾਂ ਦੀ ਅਜੇ ਪੇਸ਼ ਨਹੀਂ ਜਾ ਰਹੀ ਘੇਰਾ ਵੀ ਕੱਤਿਆ ਹੈ ਮੌਸਮ ਕਰਕੇ ਵੀ ਗਰਮੀ ਬਰਸਾਤਾ ਵੀ ਆਈਆਂ ਕੋਈ ਰਾਹ ਨਹੀਂ ਲੱਭ ਰਿਆਂ ਕਿਲੇ ਵਿੱਚ ਜਾਣ ਦਾ ਲੰਬਾ ਟਾਈਮ ਖੋ ਗਿਆ ਅੱਜ ਅਰਦਾਸ ਕਰਨ ਆਏ ਆ ਗੁਰੂ ਰਾਮਦਾਸ ਸਾਹਿਬ ਦੇ ਚਰਨਾ ਜਿਵੇਂ ਅਕਸਰ ਕਰਦੇ ਸੀ ਅਕਾਲੀ ਫੂਲਾ ਸਿੰਘ ਇੱਕਦਮ ਜੋਸ਼ ਵਿੱਚ ਆਇਓ ਕਹਿਣ ਲੱਗੇ ਉਹ ਡੋਗਰਿਆਂ ਦੇ ਆ ਪਾਲਕਾ ਪਹਿਲਾਂ ਕਿਉਂ ਨਹੀਂ ਦੱਸਿਆ ਖਾਲਸਾ ਫੌਜਾਂ ਨੂੰ ਇੰਨਾ ਚਿਰ ਮੁਸੀਬਤ ਵਿੱਚ ਫਸਾਈ ਰੱਖਿਆ ਹੀ ਚੰਗਾ ਫਿਰ ਅਕਾਲੀ ਫੂਲਾ ਸਿੰਘ ਚੱਲਦੇ ਨੇ ਉਸ ਜੰਗ ਅੰਦਰ ਜੇ ਗੁਰੂ ਰਾਮਦਾਸ ਪਿਤਾ ਨੂੰ ਪਾਇਆ ਤੇ ਅਕਾਲੀ ਮੁਲਤਾਨ ਦੇ ਕਿਲੇ ਤੇ ਅਕਾਲੀ ਝੰਡਾ ਗੱਡ ਕੇ ਵਾਪਸ ਮੁੜਨਗੇ ਬਸ ਫਿਰ ਕਿਸੇ ਜਕਾਰੇ ਛੱਡੇਗੇ ਅਰਦਾਸ ਕੋਈ ਜਿੱਥੇ ਬਾਕੀ ਬੜੇ ਬੜੇ ਵੱਡੇ ਸਰਦਾਰ ਉੱਥੇ ਮੌਜੂਦ ਸਨ ਅਕਾਲੀ ਫੂਲਾ ਸਿੰਘ ਸਾਹਿਬ ਇਹ ਗਏ ਜਿਸ ਜੋਸ਼ ਨਾਲ ਇਹਨਾਂ ਨੇ ਉਸ ਕਿਲੇ ਤੱਕ ਪਹੁੰਚ ਕੀਤੀ ਤੇ ਜਾਨਵਾਰੀਆਂ ਮਲਤਾਨ ਦੀ ਜੰਗ ਦੀ ਫਤਿਹ ਦਾ ਸੇਰਾ ਅਕਾਲੀ ਫੂਲਾ ਸਿੰਘ ਦੇ ਸਿਰ ਤੇ ਵਿਦਵਾਨ ਇਤਿਹਾਸਕਾਰ ਤੇ ਸਿੰਘ ਮੰਨਦੇ ਨੇ ਭਾਵੇਂ ਉਹਦੇ ਵਿੱਚ ਨਲਵਾ ਸਰਦਾਰ ਵੀ ਹੈ ਮੌਜੂਦ ਹੈ ਬੜੇ ਬੜੇ ਵੱਡੇ ਹੋਰ ਸਰਦਾਰ ਅਨੇ ਹਿੱਸਾ ਲਿਆ ਉਹਨਾਂ ਚੋਂ ਇੱਕ ਨੇ ਪਰ ਇਸ ਕਿਲੇ ਦਾ ਸੇਰਾ ਅਕਾਲੀ ਫੂਲਾ ਸਿੰਘ ਦੇ ਜਾਂਦਾ ਜਦੋਂ ਗਏ ਨੇ ਜਿਹੜਾ ਤਈ ਮਖੀਨਿਆਂ ਤੋਂ ਜਿਹੜਾ ਅੜਿਆ ਕੰਮ ਸੀ ਉਹ ਭੋਜਾਂ ਖਾਰਨ ਦੀ ਜਾਇ ਜਿੱਤ ਵਿੱਚ ਉਹ ਤਬਦੀਲ ਖੁੰਦਾ ਪਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੰਸੀ ਦਿਲ دریا ਸੀ ਜਿੱਤ ਕੇ ਫੇਰ ਉਸੇ ਨੂੰ ਉਥੋਂ ਦਾ ਰਾਜ ਭਾਗ ਸੰਭਾਲ ਦੇਣਾ ਇਹ ਦੀ ਵਡਿਆਈ ਸੀ ਪਿਕਾਲਸਾ ਰਾਜ ਦੇ ਅਧੀਨ ਕਰਨਾ ਉਹ 7 ਵਾਰ ਮੁਕਰਿਆ ਸੀ 7 ਵਾਰ ਐਨੇ ਬੇਸ਼ਰਮ ਬੇਮਾਨ ਲੋਕ ਵਿਖ ਹੁੰਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਨਹੀਂ ਖਾਲਸਾ ਰਾਜ ਦੀਆਂ ਖੱਦਾਂ ਵਡੀਆਂ ਕਰਨ ਲਈ ਖਾਲਸਾ ਰੈਨਲ ਪਿਆਰ ਵੇਖ ਕੇ ਫੌਜਾਂ ਲੈ ਕੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਿਲੇ ਦੇ ਅੰਦਰ ਤੱਕ ਵੱਡ ਜਾਣਾ ਅਕਾਲੀ ਫੂਲਾ ਸਿੰਘ ਦੇ ਪ੍ਰਤੀ ਹੋਰ ਸਤਕਾਰ ਬਣਦਾ ਜਦੋਂ ਗੁਰੂ ਕੇ ਪਿਆਰਿਓ ਇਥੇ ਅੰਮ੍ਰਿਤਸਰ ਸਾਹਿਬ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਕੋਰਾ ਗਲਤੀ ਕੋਈ ਸੀ ਗੁਰੂ ਕੇ ਪਿਆਰਿਓ ਮੋਰਾ ਦੀ ਕਹਾਣੀ ਆਪਾਂ ਜਾਣਦੇ ਆਂ ਜਦੋਂ ਉਹ ਪੁੱਲ ਖੋਈ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਆਇਆ ਕੋਇਆ ਸੀ ਖਾਲਸਿਆਂ ਦੇ ਅੰਦਰ ਇਹ ਗੱਲ ਬੜੀ ਭੈੜੀ ਨਿਗਾ ਨਾਲ ਵੇਖੀ ਗਈ ਭੀ ਨਫ਼ਰਤ ਤੇ ਰਾਜਾ ਹੋ ਕੇ ਸਿੱਖ ਰਾਜਾ ਇਦਾਂ ਦਾ ਕੰਮ ਕਰੇ ਸ਼ੋਭਾ ਨਹੀਂ ਦਿੰਦਾ ਕਹਿਣ ਲੱਗੇ ਭਈ ਇਸ ਨੂੰ ਇਹਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਉਹ ਹਰਮੰਦਰ ਸੇਵਾ ਆਇਆ ਸੀ ਮੱਥਾ ਟੇਕਨ ਕਾਲੀ ਫੂਲਾ ਸਿੰਘ ਪਤਾ ਲੱਗਾ ਕਹਿਣ ਲੱਗੇ ਇਹਨੂੰ ਅੰਦਰ ਨਹੀਂ ਵੜਨ ਦੇਣਾ ਕਹਿ ਲੱਗੇ ਤੂੰ ਅੰਦਰ ਨਹੀਂ ਜਾ ਸਕਦਾ ਇਹਨਾਂ ਪ੍ਰਭਾਵ ਸੀ ਕਾਲੀ ਫੂਲਾ ਸਿੰਘ ਦਾ ਕਹਿ ਲੱਗੇ ਏਡੀ ਵੱਡੀ ਭੁੱਲ ਕੀਤੀ ਕਹਿ ਲੱਗੇ ਜੀ ਭੁੱਲ ਦੀ ਖਿਮਾ ਕੀਤੀ ਜਾਵੇ ਜੋ ਵੀ ਤੁਸੀਂ ਸਜ਼ਾ ਲਾਓ ਕਿਵੇਂ ਭੁਗਤਣ ਨੂੰ ਤਿਆਰ ਹਾਂ ਮਹਾਰਾਜਾ ਰਣਜੀਤ ਸਿੰਘ ਉਹਦੇ ਕੋਲ ਪਾਵ ਰੇ ਤਾਕਤ ਹੈ ਵੱਡੀਆਂ ਤਾਕਤਾਂ ਡਰਦੀਆਂ ਨੇ ਪਰ ਜੇ ਉਹ ਹੱਥ ਜੋੜਦਾ ਤੇ ਡਰਦਾ ਤੇ ਕਾਲੀ ਫੂਲਾ ਸਿੰਘ ਦੇ ਸਾਹਮਣੇ ਕਹਿਣ ਲੱਗੇ ਜੋ ਸਜ਼ਾ ਲਾਓਗੇ ਅਤਿ ਦੀ ਨਿਮਰਤਾ ਗਰੀਬੀ ਨਾਲ ਉਖਲ ਹੋ ਗਏ ਮਹਾਰਾਜਾ ਕੋਵੇਂ ਹੱਥ ਜੋੜੇ ਤੇ ਸਾਹਮਣੇ ਅਕਾਲੀ ਫੂਲਾ ਸਿੰਘ ਜੀ ਖਲੋਤੇ ਖੌਣ ਆਪ ਅੰਦਾਜ਼ਾ ਲਓ ਕਿਤਨੀ ਵੱਡੀ ਸ਼ਖਸੀਅਤ ਹੈ ਕਰਨੀ ਤੇ ਕਹਿਣੀ ਤੇ ਕਹਿਣੀ ਤੇ ਕਰਨੀ ਦੇ ਮਾਲਕ ਨੇ ਕਿਤਨਾ ਉਹਨਾਂ ਦੇ ਅੰਦਰ ਸੰ ਸਿਪਾਈ ਦਾ ਗੁਣ ਭਰਿਆ ਹੋਏਗਾ ਕਹਿਣ ਲੱਗੇ ਪਈ ਉਹ ਇਮਲੀ ਤਾਰੋਖੇ ਉਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬਣ ਕੇ ਇਹਨੂੰ ਕੋਰੜੇ ਮਾਰੇ ਜਾਂ ਤੈਨ ਲੱਗਾ ਮੈਨੂੰ ਪ੍ਰਵਾਹ ਨੇ ਰੱਸਾ ਆ ਗਿਆ ਦਰਖਤ ਨਾਲ ਬੰਨ ਦਿੱਤਾ ਫੌਜਾਂ ਤੇ ਲੋਕ ਇਕੱਠੇ ਖੋ ਰਏ ਨੇ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਹੱਥ ਜੋੜੇ ਉਦਰ ਦਰਖਤਵਲ ਤੁਰੇ ਰੱਸਾ ਪਾਇਆ ਬੰਨਿਆ ਇਹ ਵੇ ਕਿ ਸਾਰਿਆਂ ਦੇ ਅੰਦਰ ਵਿਰਾਗ ਆ ਗਿਆ ਕਿ ਇੰਨੀ ਨਿਮਰਤਾ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਗਰੀਬੀ ਭਾਵ ਸਿੱਖੀ ਨੂੰ ਪਿਆਰ ਦੇ ਰਿਹਾ ਹੈ ਕੈਸੇ ਸੋਹਲ ਨੇ ਜਦੋਂ ਰੱਸੇ ਨਾਲ ਦਰਖਤ ਨਾਲ ਬਨ ਲਿਆ ਆਵਾਜ਼ ਆਈ ਮਹਾਰਾਜਾ ਰਣਜੀਤ ਸਿੰਘ ਆਪਣੀ ਭੁੱਲ ਦੀ سزا ਭੁਗਤ ਚੁੱਕਾ ਹੈ ਕੋਰੜੇ ਮਾਰੇ ਨਾ ਜਾਣ ਮਾਰਨ ਦੀ ਲੋੜ ਨਹੀਂ ਕਿਉਂਕਿ ਉਸੇ ਤੋਂ ਵੱਧ ਇਹਨਾਂ ਨੂੰ ਸਜ਼ਾ ਇਹਨਾਂ ਨੇ ਪ੍ਰਮਾਨ ਕਰ ਲਈ ਹੈ ਅਕਾਲੀ ਫੂਲਾ ਸਿੰਘ ਕਹਿੰਦੇ ਬਿਲਕੁਲ ਠੀਕ ਹੈ ਬੰਨਿਆ ਕੋਰੜਿਆਂ ਦੀ ਤਿਆਰੀ ਫਿਰ ਛੱਡ ਦਿੱਤਾ ਤੇ ਗਾਂ ਤੋ ਕਿਹਾ ਸਿੱਖੀ ਸਦਕ ਤੇ ਸਿੱਖੀ ਮਰਿਆਦਾ ਤੇ ਪਹਿਰਾ ਦੇਣਾ ਹੈ ਮੇਰੇ ਕਹਿਣ ਤੋਂ ਮੁਰਾਦ ਅਕਾਲੀ ਫੂਲਾ ਸਿੰਘ ਸਾਹਿਬ ਕੋਲ ਕਿੰਨੀ ਵੱਡੀ ਤਾਕਤ ਸੀ ਕੌਣ ਐਡਾ ਵੱਡਾ ਕੰਮ ਕਰ ਸਕਦਾ ਸੀ ਕਿ ਮਹਾਰਾਜ ਨੇ ਉਹਨਾਂ ਨੂੰ ਵਿੱਚ ਬਖਸ਼ਿਆ ਪਹਿਰੂ ਪਾਵਲਪੁਰ ਸਿੰਧ ਦੇ ਜਦੋਂ ਚੜ੍ਹਾਈ ਕੀਤੀ ਇਹ ਪਖਰ ਲੀਏ ਇਹਨਾਂ ਸਾਰੀਆਂ ਲੜਾਈਆਂ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਹਿੱਸਾ ਪਾਇਆ ਝੰਗ ਦੇ ਇਲਾਕੇ ਨੂੰ ਜਿੱਤ ਕੇ 4 ਲੱਖ ਸਾਲਾਨਾ ਜਿਹੜੀ ਆਮਦਨ ਸੀ ਮਾਲੀਆ ਜਿਹੜਾ ਹੁੰਦਾ ਉਹ ਖਾਲਸਾ ਰਾਜ ਨਾਲ ਮਿਲਾਇਆ ਤੂੰ ਮਾਲੀਆ ਖਾਲਸਾ ਰਾਜ ਨੂੰ ਗਿਆ ਪਿਸ਼ਾਵਰ ਜਦੋਂ ਫਤਿਹ ਕਰਨੀ ਸੀ ਉਦੋਂ ਵੀ ਅਕਾਲੀ ਫੂਲਾ ਸਿੰਘ ਗਿਆਏ ਜਿੱਥੇ ਬਾਕੀ ਸਰਦਾਰ ਨੇ ਉਹ ਜੰਗ ਵਿੱਚ ਵੀ ਖੀਸਾ ਲਿਆ ਜਦੋਂ ਗੁਰੂ ਦੇ ਪਿਆਰੇ ਉਥੇ ਹਮਲਾ ਕੀਤਾ ਸੀ ਹਾਕਮ ਸੀ ਯਾਰ ਮੁਹੰਮਦ ਖਾਨ ਇਸ ਤੇ ਕਮਲਾ ਕੀਤਾ ਉਹ ਛੱਡ ਗਿਆ ਪਹਿਲਾਂ ਹੀ ਉਹ ਸ਼ਰਨ ਵਿੱਚ ਆ ਗਿਆ ਜਦੋਂ ਉਹਨੂੰ ਪਕੜ ਕੇ ਲਿਆਂਦਾ ਗਿਆ ਤੇ ਉਹਨੇ ਜਾਨ ਬਖਸ਼ੀ ਲਈ ਬੇਨਤੀ ਕੀਤੀ ਉਹਨੇ 50000 ਰੁਪਇਆ ਪੰਜਾਬ ਪਰਮੇਵਿੰਗ ਤੇ ਆ ਕੇ ਕਹਿਣ ਲੱਗਾ ਜੀ ਮੈਂ ਭੀਖ ਮੰਗਦਾ ਵਾਂ ਅੱਗੋਂ ਤੋਂ ਮਾਲੀਆ ਤਾਰਾਂ ਦਾ ਤੁਹਾਨੂੰ ਖਾਲਸਾ ਰਾਜ ਨੂੰ ਇਥੋਂ ਦੀ ਫਰਖਾਤਮ ਤਾਈ ਚੌਧਰ ਰਾਜਪਾਗ ਦੀ ਸੰਭਾਲ ਮੈਨੂੰ ਦਿੱਤੀ ਜਾਵੇ ਉਹ ਦੇ ਦਿੱਤੀ ਸੀ ਪਰ ਕੁਝ ਸਮਾਂ ਬਾਅਦ ਗੁਜਰਿਆ ਕਹਿਣ ਤੋਂ ਮੁਰਾਦ ਸੀ ਪਿਸ਼ਾਵਰ ਫਤਿਹ ਕੀਤੀ ਅਕਾਲੀ ਫੂਲਾ ਸਿੰਘ ਜੀ ਦੀ ਇਹ ਬਹਾਦਰੀ ਨਾਲ ਕਸ਼ਮੀਰ ਫਤਿਹ ਕਰਨ ਲਈ ਜਦੋਂ ਫੌਜਾਂ ਜਾਂਦੀਆਂ ਨੇ ਉਦੋਂ ਵੀ ਅਕਾਲੀ ਫੂਲਾ ਸਿੰਘ ਜੀ ਖੀਸਾ ਲੈਂਦਾ ਹੈ ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵਧੇਰੇ ਇੱਜ਼ਤ ਮਾਣ ਦੇ ਕੇ ਸਤਿਕਾਰ ਕੀਤਾ ਸੀ ਪਰ ਇਸ ਪਿਸ਼ਾਵਰ ਦੇ ਇਲਾਕੇ ਨੇ ਵਿੱਚ ਜਦੋਂ ਸਰਹੱਦੀ ਇਲਾਕਾ ਹੈ ਉਧਰ ਕਾਬਲ ਕੈ ਕਾਬਲ ਦਾ ਖਾਤਮ ਸੀ अजीम खान ਉਹ ਇਸ ਦਾ ਗੁਰੂ ਕੇ ਪਿਆਰੇ ਭਰਾ ਸੀ ਮੁਹੰਮਦ ਖਾਨ ਦਾ ਇਹ ਇਧਰੋਂ ਗਵਰਨਰ ਬਣਾਇਆ ਪੇਸ਼ਾਵਰ ਉਧਰੋਂ ਕਾਬਲ ਚ ਉਹ ਬੈਠਾ ਉਹਨੇ ਸਲਾਹ ਕੀਤੀ ਕਾਬਲ ਦੇ ਹਾਕਮ ਨੇ अजीम खान ਨੇ ਭੇਖਣ ਇਧਰ ਸਿੱਖ ਫੌਜਾਂ ਦੇ ਕਬਜ਼ੇ ਵਧਦੇ ਜਾਂਦੇ ਨੇ ਜਿਸ ਤਰੀਏ ਵਧ ਗਏ ਤੇ ਸਾਰਾ ਕੁਝ ਖੋਹ ਕੇ ਲੈ ਜਾਣਗੇ ਇਹਨਾਂ ਨੂੰ ਰੋਕਣਾ ਚਾਹੀਦਾ ਉਨੇ ਆਖੋ ਜਹਾਦ ਟੰਗ ਵਰਤਿਆ ਜਿਵੇਂ ਜਹਾਦ ਦਾ ਨਾਰਾ ਲਾ ਦੇਂਦੇ ਫਿਰ ਆਮ ਮੁਸਲਮਾਨ ਆ ਜਾਂਦੇ ਨੇ ਹਕੀਮ ਜਿਹੜਾ ਸੀ ਵਾਇਗੁਰੂ ਖਾਕਮ ਸੀ ਜਿਹੜਾ ਅਜੀਮ ਖਾਨ ਮੁਹੰਮਦ ਅਜੀਮ ਖਾਨ ਇਸ ਨੇ ਕਾਬਲ ਦਾ ਹਾਕਮ ਸੀ ਨੇ ਖਮਲੇ ਦੀ ਤਿਆਰੀ ਕੀਤੀ ਉਧਰੋਂ ਜਹਾਦ ਦਾ ਵੀ ਜਦੋਂ ਨਾਂ ਲਿਆ ਬਹੁਤ ਸਾਰੇ ਗਾਜੀ ਵੀ ਇਕੱਠੇ ਹੋ ਗਏ ਜਦੋਂ ਕਾਬਲ ਤੋਂ ਤੁਰਦਾ ਵਿੱਚੋਂ ਤੇਦਾ ਭਰਾ ਮਿਲਿਆ ਹੋਇਆ ਸੀ ਗਵਰਨਰ ਇਹ ਪਹਿਲਾ ਹੀ ਸ਼ਹਿਰ ਛੱਡ ਕੇ ਚਲਾ ਗਿਆ ਤੇ ਬਹਾਨਾ ਪਸ਼ਾਵਰ ਦਾ ਸੀ ਗਵਰਨਰ ਬਹਾਨਾ ਬਣਾ ਦਿੱਤਾ ਵੀ ਮੈਂ ਉਹਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹਾਂ ਸਿੱਖ ਫੌਜਾਂ ਨੂੰ ਪਤਾ ਲੱਗਾ ਬੜਾ ਦੁੱਖ ਲੱਗਾ ਸਰਦਾਰ ਖਰੀ ਸਿੰਘ ਨਲੂਏ ਨੂੰ ਸਰਦਾਰ ਸ਼ੇਰ ਸਿੰਘ ਵਰਗਿਆਂ ਨੂੰ ਬਹੁਤ ਦੁੱਖ ਮਹਿਸੂਸ ਕੀਤਾ ਕਿਉਂਕਿ ਪਸ਼ਾਵਰ ਤੇ ਕਬਜ਼ਾ ਬਗੈਰ ਲੜਾਈ ਤੋਂ ਹੀ ਇਸ ਕਾਬਲ ਦੇ ਖਾਕਮ ਨੇ ਕਰ ਲਿਆ ਹੁਣ ਇਹਦੀ ਸਲਾਹ ਸੀ ਭਈ ਬਹੁਤ ਸਾਰੇ ਗਾਜੀ ਇਕੱਠੇ ਕਰਕੇ ਇਹਨੇ ਜਦੋਂ ਕੀਤੇ 25000 ਜਿਹੜੇ ਲੜਾਕੇ ਸਨ ਇਸ ਇਲਾਕੇ ਵਿੱਚ ਰਹਿੰਦੇ ਉਹ ਇਕੱਠੇ ਹੋ ਗਏ ਇਹਨਾਂ ਨੇ ਇੱਕ ਮੈਦਾਨ ਚੁਣ ਲਿਆ ਇਹ ਹੁਣ ਚਾਹੁੰਦੇ ਨੇ ਵੀ ਇਹ ਜਿਹੜੇ ਡਰਗੇ ਨੇ ਤੇ ਅੱਗੋਂ ਜਿਹੜੇ ਸਾਡੇ ਲਾਕੇ ਮੱਲੇ ਨੇ ਕਿਲਿਆਂ ਤੇ ਕਬਜ਼ੇ ਕੀਤੇ ਉਹ ਵੀ ਛੁੜਾਈਏ ਸਭ ਤੋਂ ਪਹਿਲਾਂ ਜੰਗੀਰੇ ਦਾ ਕਿਲੇ ਤੇ ਇਹਨਾਂ ਨੇ ਕਬਜ਼ਾ ਉਹ ਕਰ ਲਿਆ ਹੁਣ ਇਹ ਚਾਹੁੰਦੇ ਸਨ ਬਾਕੀ ਫੌਜਾਂ ਜਿਹੜੀਆਂ ਨੇ اٹਕ ਦਰਿਆ ਨੇੜੇ ਖੈ ਭਈ ਇਧਰੋਂ ਸਿੱਖ ਫੌਜਾਂ ਨੇ ਜਿਹੜੀਆਂ ਇਧਰ ਰਹਿ ਗਈਆਂ ਰਹਿ ਗਈਆਂ ਬਾਕੀ ਜਿਹੜੀਆਂ ਫੌਜਾਂ ਨੇ ਉਹ ਨਾ ਆਉਣ ਇਹ ਥੋੜੀਆਂ ਫੌਜਾਂ ਨਾਲ ਸੀ ਟੱਕਰਾ ਕਰਾਂਗੇ ਉਥੇ ਲੜਾਈ ਹੁੰਦੀ ਏ ਸਰਦਾਰ ਖਰੀ ਸਿੰਘ ਇਹ ਨਲਵਾ ਸਰਦਾਰ ਛੇਰ ਸਿੰਘ ਇਹਨਾਂ ਕੋਲ ਫੌਜਾਂ ਨੇ ਉਹ ਜਿਹੜੀ ਲੜਾਈ ਹੋਈ ਏ ਗੁਰੂ ਕੇ ਪਿਆਰਿਓ ਇਥੇ ਸਾਡੇ ਇਤਿਹਾਸ ਦੇ ਪੰਨੇ ਬਹੁਤ ਬਧੇਰੇ ਮਹੱਤਵਪੂਰਨ ਬਣਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਖਬਰ ਗਈ ਕਿ ਪੇਸ਼ਾਵਰ ਤੇ ਕਬਜ਼ਾ ਹੋ ਗਿਆ ਹੈ ਗਵਰਨਰ ਮੁਹੰਮਦ ਕਣ ਵੈਸੀ ਛੱਡ ਗਿਆ ਉਹ ਜਹਾਂਗੀਰ ਤੇ ਜਹਾਂਗੀਰੇ ਦੇ ਕਿਲੇ ਤੇ ਵੀ ਆ ਗਏ ਨੇ ਉਹ ਵੀ ਕਬਜ਼ੇ ਚ ਲੈ ਲਿਆ ਉਹਨਾਂ ਨੇ ਅਖੇ ਛੇ ਤਿੰਨ ਨਾਲ ਚੱਲিয়ে ਅਕਾਲੀ ਫੂਲਾ ਸਿੰਘ ਜੀ ਨੂੰ ਨਾਲ ਲਿਆ ਹੋਰ ਸਿੱਖ ਸਰਦਾਰਾਂ ਲਏ ਉਹਨਾਂ ਨੇ ਜਿੰਨੀ ਛੇਤੀ ਹੋ ਸਕਾ ਸੀ ਉਹ ਦਰਿਆ ਦੇ ਉਰਲੇ ਪਾਸੇ ਪਹੁੰਚ ਗਏ ਇਹ 4-5 ਦਿਨਾਂ ਦੇ ਅੰਦਰ ਹੀ ਪਹੁੰਚ ਜਾਂਦੇ ਨੇ ਉਧਰ ਜਦੋਂ ਲੜਾਈ ਸ਼ੁਰੂ ਹੋਈ ਉਹ ਉਹਨਾਂ ਦੀ ਗਿਣਤੀ ਬਹੁਤ ਸੀ ਇਧਰ ਨਲਵਾ ਸਰਦਾਰ ਉਧਰ ਸਰਦਾਰ ਸ਼ੇਰ ਸਿੰਘ ਦੀ ਕਮਾਂਡ ਹੇਠ ਫੌਜਾਂ ਨੇ ਪਰ ਉਧਰ ਗਿਣਤੀ ਬਹੁਤ ਵਧੇਰੇ ਖੈ ਇਹਨਾਂ ਨੇ ਤੋ ਕਿ ਇਸ ਮੁਹੰਮਦ ਅਜੀਮ ਖਾਨ ਨੇ ਆਪਣੇ ਦੋ ਭਤੀਜਿਆਂ ਦੀ ਡਿਊਟੀ ਲਾਈ ਸੀ ਇਹ ਜਿਹੜੀ ਲੜਾਈ ਦੀ ਅਗਵਾਈ ਉਹ ਕਰ ਰਹੇ ਸਨ ਇਹਦਾ ਭਤੀਜਾ ਸੀ ਮੁਹੰਮਦ ਮੁਹੰਮਦ ਖਾਨ ਤੇ ਜਮਾਨ ਖਾਨ ਦੋਨੋਂ ਇਹ ਲੜ ਰਹੇ ਸਨ ਇਹਨਾਂ ਦੇ ਕੁਝ ਜਛੀਲੇ ਜਿਹੜੇ ਜਵਾਨ ਸੀ ਕਿਉਂਕਿ ਦਰਿਆ 'ਟਕ ਤੇ ਬੇੜੀਆਂ ਦਾ ਪੁਲ ਬਣਾਇਆ ਹੋਇਆ ਸੀ ਸਰਦਾਰ ਖਰੀਦ ਸਿੰਘ ਨਲੂ ਇਸ ਸਰਦਾਰ ਨੇ ਇਹ ਪਿੱਛੋਂ ਜਾ ਕੇ ਜੰਗ ਕਰਦੇ ਕਰਦੇ ਉਹ ਬੇੜੀਆਂ ਦਾ ਪੁਲ ਤੋੜ ਦਿੱਤਾ ਹੁਣ ਇਧਰ ਮਹਾਰਾਜਾ ਰਣਜੀਤ ਸਿੰਘ ਕਾਲੀ ਫੂਲਾ ਸਿੰਘ ਦੀ ਪਹੁੰਚ ਗਏ ਨੇ ਜਦੋਂ ਪਹੁੰਚੇ ਨੇ ਤਾਂ ਉਧਰ ਵੇਖਿਆ ਕਿ ਇਹ ਇਹਨਾਂ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ ਹੈ ਉਧਰੋਂ ਗੋਲੀਆਂ ਚੱਲਣ ਦੀ ਆਵਾਜ਼ ਆਰੀ ਦਰਿਆਉਂ ਪਾਰ ਕਹਿਣ ਲੱਗੇ ਹੁਣ ਕੀ ਕੀਤਾ ਜਾਵੇ ਕਹਿਣ ਲੱਗੇ ਜੀ ਬੇੜੀਆਂ ਦਾ ਪੁਲ ਬਣਾਉਣੇ ਇੱਕ ਦਿਹਾੜੀ ਤੇ ਪੂਰੀ ਲੱਗੇਗੀ ਹੁਣ ਅਕਾਲੀ ਫੂਲਾ ਸਿੰਘ ਦੇ ਅੰਦਰ ਜੋਸ਼ ਛੋਟਿਆ ਮਹਾਰਾਜਾ ਰਣਜੀਤ ਸਿੰਘ ਕਦੋਂ ਰਾਤ ਪਵੇਗੀ ਇੱਕ ਦਿਨ ਵਿੱਚ ਸਾਡਾ ਪੁਲ ਬਣੇਗਾ ਸਿੱਖ ਫੌਜਾਂ ਜਿਹੜੀਆਂ ਪਾਰ ਨੇ ਸਾਡੇ ਵੀਰ ਸ਼ਹੀਦ ਕੋਰੇ ਨੇ ਜੇ ਸਾਡੇ ਵੀਰ ਹੀ ਸਾਰੇ ਸ਼ਹੀਦ ਹੋ ਗਏ ਤੇ ਸਾਡੇ ਜਉਣ ਦਾ ਕੀ ਲਾਭ ਸਾਨੂੰ ਆਉਣ ਦਾ ਕੀ ਫਾਇਦਾ ਸਾਡੇ ਖਾਲਸਾ ਰਾਜ ਵਿੱਚ ਇੰਨੀ ਪਰਵੇਸ਼ਤਾ ਕਰਨ ਸਾਡੇ ਵੀਰ ਮਾਰੇ ਜਾਣ ਬਰਦਾਸ਼ਤ ਨਹੀਂ ਹੁੰਦਾ ਪਰ ਜਾਈਏ ਵੀ ਕਿਵੇਂ ਪੋਲਾ ਸਿੰਘ ਜੀ ਦਰਿਆ ਬੜਾ ਚੜਿਆ ਹੋਇਆ ਪਾਰ ਕਿਵੇਂ ਕਰੀਏ ਕਹਿਣ ਲੱਗੇ ਜੀ ਦਰਿਆ ਦਾ ਪਾਣੀ ਚੜਿਆ ਏ ਤੇ ਸਿੰਘਾਂ ਦੇ ਅੰਦਰ ਆਪਣੇ ਸਿੰਘ ਵੀਰਾਂ ਲਈ ਪਿਆਰ ਵੀ ਫਿਰ ਬਹੁਤ ਚੜਿਆ ਹੋਇਆ ਇਹ ਵੀ ਲਹਿਰਾਂ ਉੱਚੀਆਂ ਨੇ ਇਹ ਵੀ ਕੋਣ ਲਹਿਰਾਂ ਸੰਭਾਲੀਆਂ ਨਹੀਂ ਉਹ ਜਾਣੀਆਂ ਅਰਦਾਸ ਕੀਤੇ ਪੰਜੂ ਆਪਣਾ ਸਵਾਰ ਲੈ ਕੇ ਕਹਿਣ ਲੱਗੇ ਮਹਾਰਾਜ ਰਣਜੀਤ ਸਿੰਘ ਤੁਹਾਡੀ ਮਰਜ਼ੀ ਆਓ ਨਾ ਆਓ ਪਰ ਅਕਾਲੀ ਫੂਲਾ ਸਿੰਘ ਜੀ ਦਰਿਆ ਵਿੱਚ ਜਾ ਰਹੇ ਨੇ ਜਦੋਂ ਇਹਨਾਂ ਨੇ ਆਪਣੇ ਘੋੜੇ ਦਰਿਆ ਵਿੱਚ ਪਾਏ ਮਹਾਰਾਜਾ ਰਣਜੀਤ ਸਿੰਘ ਵੀ ਮਗਰ ਸਾਰੀਆਂ ਫੌਜਾਂ ਇਹਨਾਂ ਚੋਂ ਕੁਝ ਕੁ ਜਾਨਾਂ ਜਿਹੜੀਆਂ ਨੇ ਦਰਿਆ ਦੀ ਭੇਟ ਹੋਈਆਂ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਪਹੁੰਚੇ ਦੁਸ਼ਮਨਾ ਨੂੰ ਪਤਾ ਲੱਗਾ ਭਾਜਣਾ ਪੈਣੀ ਆ ਕੁਝ ਸ਼ਹੀਦ ਹੋ ਗਏ ਤੇ ਕੁਝ ਭੱਜ ਗਏ ਇਹ ਸਾਰੇ ਨੁਸ਼ਹਿਰੇਵਲ ਜਾ ਕੇ ਇਕੱਠੇ ਹੋ ਗਏ ਨੇ ਕੋਣ ਹੁਣ ਜੰਗ ਕਿਉਂਕਿ ਜਿੱਤ ਲਈ ਇਹ ਜਿਸ ਇਲਾਕੇ ਵਿੱਚ ਸਨ ਪਰ ਹੁਣ ਨੁਸ਼ਹਿਰੇ ਜਾ ਕੇ ਜਦੋਂ ਇਕੱਠੇ ਹੁੰਦੇ ਨੇ ਉਧਰ ਪਿਸ਼ਾਵਰ ਤੇ ਕਬਜ਼ਾ ਹੈ ਹੁਣ ਅਗਲਾ ਹੈ ਪੜਾਂ ਪਈ ਇਹ ਫੌਜਾਂ ਦੀ ਉਹ ਕਿਉਂਕਣ ਦੀ ਗਿਣਤੀ ਬਹੁਤ ਵਧੇ ਰੱਖ ਹੈ ਇਸ ਕਰਕੇ ਉਹਨਾਂ ਨਾਲ ਲੜਾਈ ਸ਼ੁਰੂ ਕਰਨੀ ਤੇ ਕਿਵੇਂ ਕਰਨੀ ਹੈ ਅਸਾਦੀਵਾਰ ਦਾ ਕੀਰਤਨ ਹੋਇਆ ਸਾਰੇ ਜਥੇਦਾਰ ਉੱਥੇ ਇਕੱਠੇ ਹੋਏ ਉਥੇ ਅਰਦਾਸ ਕਰਕੇ ਗੁਰਮਤਾ ਕੀਤਾ ਗਿਆ ਤੇ ਗੁਰਮਤਾ ਜਿਹੜਾ ਇੱਕ ਵਾਰੀ ਸਿੰਘ ਕਰ ਲੈਂਦੇ ਸਨ ਉਹਦੇ ਤੋਂ ਪਿੱਛੇ ਨਹੀਂ ਸੀ ਘੱਟਦੇ ਭਾਵੇਂ ਜਾਨਾਂ ਵੀ ਦੇਣੀਆਂ ਪੈਣ ਤਿੰਨ ਖਿਸਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਦੇ ਕਮਾਂਡਰ ਬਣਾ ਕੇ ਉਹਨਾਂ ਦੀ ਡਿਊਟੀ ਲਾਈ ਭਈ ਇੱਕ ਖੀਸਾ ਲੈਣਦੇ ਪਾਸੋਂ ਹਮਲਾ ਕਰੇਗਾ ਦੂਜਾ ਚੜ੍ਹਦੇ ਪਾਸੋਂ ਤੇ ਸਾਹਮਣੇ ਤੋਂ ਸਰਦਾਰ ਖਰੀ ਸਿੰਘ ਜੀ ਨਲਵਾ ਦੀ ਕਮਾਂਡੇਟ ਦੁਸ਼ਮਨਾ ਤੇ ਹਮਲਾ ਕੀਤਾ ਜਾਏਗਾ ਜਿਹਦੇ ਡਿਊਟੀਆਂ ਲੱਗ ਗਈਆਂ ਲਾਗ ਕੇ ਸਰਦਾਰ ਦੇਸਾ ਸਿੰਘ ਮਜੀਠੀਆ ਕਾਲੀ ਫੂਲਾ ਸਿੰਘ ਇਧਰੋਂ ਨਲਵਾ ਸਰਦਾਰ ਸੋ ਤਿੰਨਾਂ ਦੀ ਮਹਾਰਾਜਾ ਰਣਜੀਤ ਸਿੰਘ ਖਲੋਗੇ ਨੇ ਪ੍ਰਮਾਨਗੀ ਦੇਣ ਇੱਕ ਦਸਤਾ ਆਇਆ ਜਕਾਰਾ ਛੱਡਿਆ ਕਿਰਪਾ ਨਾਲ ਸਲਾਮੀ ਦੇ ਕੇ ਪ੍ਰਮਾਨਗੀ ਫਿਰ ਫੌਜਾਂ ਚੜਨਾ ਸੀ ਦੂਜਾ ਦਸਤਾ ਜਦੋਂ ਲੰਘ ਰਿਹਾ ਸੀ ਅੱਗੋਂ ਤਾਂ ਸੂਈਏ ਨੇ ਖਬਰ ਦਿੱਤੀ ਪਈ ਕਾਬਲ ਦੇ ਖਾਕਮ ਨੇ 10000 ਫੌਜੀ ਆਪਣੇ ਸਿਪਾਹੀ ਹੋਰ ਲਿਆ ਕੇ ਆ ਰਹੇ ਤੇ 40 ਤੋਪਾਂ ਹੋਰ ਉਹ ਲੈ ਕੇ ਆ ਰਹੇ ਉਹ ਛੇਤੀ ਪਹੁੰਚਣ ਵਾਲਾ ਇਹ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਰੋਕ ਕੇ ਦਿੱਤਾ ਵਿਚਾਰ ਕੀਤੀ ਪਈ ਸਾਨੂੰ ਅੱਜ ਕਮਲਾ ਨਹੀਂ ਕਰਨਾ ਚਾਹੀਦਾ ਸਾਨੂੰ ਇੱਕ ਦਿਨ ਉਡੀਕ ਕਰਨੀ ਚਾਹੀਦੀ ਏ ਇੱਕ ਤਾਂ ਜਨਰਲ ਵਦ ਦੂਰਾ ਜਿਹੜੀਆਂ ਵੱਡੀਆਂ ਤੋਪਾਂ ਲੈ ਕੇ ਤੁਰਿਆ ਉਹ ਵੀ ਰਾਤੋਂ ਰਾਤ ਪਹੁੰਚ ਜਾਏਗਾ ਕੱਲ ਤੱਕ ਤੇ ਆਪਾਂ ਬਾਕੀ ਆਪਣੇ ਜੰਗ ਦੇ ਜਿਹੜੀ ਸਾਹ ਨਾਲ ਤਿਆਰੀ ਕਰਨੀ ਏ ਉਹ ਨਵੇਂ ਸਿਰੇ ਤੋਂ ਸਾਰੀ ਸਕੀਮ ਬਣਾਈ ਜਾਵੇ ਤਰਤੀਬ ਬਣਾਈ ਜਾਵੇ ਜਦੋਂ ਕਾਲੀ ਫੂਲਾ ਸਿੰਘ ਸਾਹਿਬ ਨੂੰ ਪਤਾ ਲੱਗਦਾ ਵੀ ਇਹ ਪ੍ਰੋਗਰਾਮ ਜਿਹੜਾ ਗੁਰਮਤਾ ਕੀਤਾ ਸੀ ਉਸ ਨੂੰ ਤੋੜਿਆ ਜਾ ਰਿਹਾ ਕਾਲੀ ਫੂਲਾ ਸਿੰਘ ਜੀ ਨਾਰਾਜ਼ ਹੋਏ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ ਗੁਰਮਤਾ ਜਿਹੜਾ ਇੱਕ ਵਾਰੀ ਖੋ ਗਿਆ ਉਹਦੀ ਪਵਿੱਤਰਤਾ ਨੂੰ ਕਾਇਮ ਕਰਨਾ ਹੈ ਤੁਸੀਂ ਕਿਉਂ ਸੋਚਾਂ ਵਿੱਚ ਪੈ ਗਏ ਹੋ ਭਈ ਉਹ ਵੱਦ ਆ ਗਏ ਨੇ ਉਹਨਾਂ ਕੋਲ ਤੋਪਾਂ ਵੱਡੀਆਂ ਨੇ ਇਧਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਗੁਰਮਤਾ ਕੀਤਾ ਸਤਿਗੁਰੂ ਦੀ ਖਜੂਰੀ ਅੰਦਰ ਸੋ ਇਹਨੂੰ ਟਾਲਣਾ ਨਹੀਂ ਚਾਹੀਦਾ ਅੱਜ ਕੀ ਕਮਲਾ ਕੋਣਾ ਚਾਹੀਦਾ ਤੇ ਮਹਾਰਾਜ ਉਹਦੇ ਵਿੱਚ ਫਤਿਹ ਜਾਬੀ ਬਖਸ਼ੇਗਾ ਘਬਰਾਓ ਨਹੀਂ ਪਰ ਨੀਤੀ ਕਹਿ ਰਹੀ ਸੀ ਪਈ ਨਹੀਂ ਅੱਜ ਕਰਨਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਨਹੀਂ ਅਜੇ ਵਿਚਾਰ ਕਰਨੀ ਚਾਹੀਦੀ ਅੱਜ ਕਮਲਾ ਨਹੀਂ ਕਰਨਾ ਚਾਹੀਦਾ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ ਠੀਕ ਤੁਸੀਂ ਚਾਹੁੰਦੇ ਨਹੀਂ ਤੇ ਨਾ ਪਰ ਕਾਲੀ ਫੂਲਾ ਸਿੰਘ ਗੁਰਮਤਿ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਦੁਸ਼ਮਨਾਤੇ ਅੱਜ ਕੀ ਹਮਲਾ ਕਰੇਗਾ ਹਮਲਾ ਜਦੋਂ ਅਕਾਲੀ ਫੂਲਾ ਸਿੰਘ ਜੀ ਨੇ ਕਰ ਦਿੱਤਾ ਮਗਰ ਫਿਰ ਬਾਕੀ ਫੌਜਾਂ ਨੇ ਵੀ ਕਰਨਾ ਹੀ ਸੀ ਉਹ ਵੀ ਆ ਗਏ ਇਸ ਲੜਾਈ ਨਸ਼ਹਰੇ ਦੀ ਲੜਾਈ ਦੇ ਅੰਦਰ ਦੁਸ਼ਮਣਾਂ ਦਾ ਨੁਕਸਾਨ ਵੀ ਬਹੁਤ ਹੋਇਆ ਹੈ ਬਹੁਤ ਵਧੇਰੇ ਨੁਕਸਾਨ ਪਰ ਸਿੰਘਾਂ ਦਾ ਵੀ ਨੁਕਸਾਨ ਬਹੁਤ ਹੋਇਆ ਹੈ ਇਸੇ ਲੜਾਈ ਦੇ ਅੰਦਰ ਕੀ ਅਕਾਲੀ ਫੂਲਾ ਸਿੰਘ ਜੀ ਨੂੰ ਕਿਸੇ ਪਠਾਨ ਨੇ ਲੋਕ ਕੇ ਨੇੜਿਓਂ ਗੋਲੀ ਦਾ ਨਿਸ਼ਾਨਾ ਬਣਾ ਆਸੀਂ ਦੋ ਤਿੰਨ ਵਾਰ ਉਹ ਗੋਲੀਆਂ ਜਦੋਂ ਲੱਗੀਆਂ ਨੇ ਪਿਆਰਿਓ ਘੋੜੇ ਨੂੰ ਪਹਿਲਾਂ ਲੱਗੀ ਜਦੋਂ ਕੋੜਾ ਚੜਾਈ ਕੀਤਾ ਤੇ ਕਾਲੀ ਫੂਲਾ ਸਿੰਘ ਦੇ ਪਿੱਛੇ ਜਿਹੜੇ ਦੋ ਹਾਥੀ ਰੱਖੇ ਹੁੰਦੇ ਸਨ ਉਹਨਾਂ ਦੀ ਸੇਵਾ ਲਈ ਇੱਕ ਹਾਥੀ ਫਟਾਫਟ ਲਿਆਂਦਾ ਉਹਦੇ ਖੋਦੇ 'ਚ ਬੈਠ ਕੇ ਜਾ ਰਹੇ ਸਨ ਲੁੱਕ ਕੇ ਪਠਾਨ ਨੇ ਗੋਲੀ ਚਲਾਈ ਉਹਦੇ 'ਚੋਂ ਤਿੰਨ ਚਾਰ ਗੋਲੀਆਂ ਮਹਾਵਤ ਨੂੰ ਲੱਗੀਆਂ ਉੱਥੇ ਹੀ ਟੇਰੀ ਹੋ ਗਿਆ ਇੱਕ ਗੋਲੀ ਕਾਲੀ ਫੂਲਾ ਸਿੰਘ ਜੀ ਦੇ ਲੱਗੀ ਅਕਾਲੀ ਫੂਲਾ ਸਿੰਘ ਜੀ ਨਸ਼ਹਿਰੇ ਦੀ ਇਸ ਜੰਗ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਜਾਂਦੇ ਉਸ ਖਾਤੀ ਦੇ ਉੱਪਰ ਖੋਦੇ ਦੇ ਵਿੱਚ ਹੀ ਬੈਠੇ ਲੇਟ ਜਾਂਦੇ ਉੱਥੇ ਇੱਕ ਪਾਸੇ ਹੋ ਗਏ ਲੁੰਡੇ ਦਰਿਆ ਦੇ ਕੰਢੇ ਤੇ ਅਕਾਲੀ ਫੂਲਾ ਸਿੰਘ ਦਾ ਸਸਕਾਰ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਬਹੁਤ ਰੋਏ ਸਾਂ ਨੇ ਖਬਰ ਸੁਣ ਕੇ ਉਹਨਾਂ ਦਾ ਫਰਨ ਫਰਨ ਕਰਕੇ ਅੱਖਾਂ ਚ ਪਾਣੀ ਡਿੱਗਦਾ ਸੀ ਉਹਨਾਂ ਨੇ ਉਹ ਦਿਨ ਬੱਚੇ ਜਿਵੇਂ ਨਲੂਏ ਸਰਦਾਰ ਦੇ ਬਚਨ ਨਿਕਲੇ ਸਨ ਅੱਜ ਉਹ ਹੀ ਬਚਨ ਤੂਕ ਉੱਤੇ ਬਾਅਦ ਵੀ ਸ਼ਹੀਦ ਹੁੰਦੇ ਨਾ ਨਲਵਾ ਸਰਦਾਰ ਇਹ ਘਟਨਾ 1823 ਦੀ 14 ਮਾਰਚ ਦੀ ਕਹਿਣਾ ਕਹਿ ਲੱਗੇ ਇਹ ਸਾਡੇ ਖਾਲਸਾ ਰਾਜ ਦੇ ਥੰਮਸਣ ਅਖੋ ਜੀ ਬਹਾਦਰ ਕਿੱਥੋਂ ਲੱਭਾਂਗੇ ਅਸੀਂ ਅਕਾਲੀ ਫੂਲਾ ਸਿੰਘ ਦਾ ਵਿਛੋੜੇ ਨੇ ਬਹੁਤ ਰਵਾਇਆ ਸੀ ਜਦੋਂ ਉਹਨਾਂ ਦੀ ਸਿਫਤ ਸਲਾਹ ਕਰਨ ਲੱਗੇ ਜਦੋਂ ਅਕਾਲੀ ਜੀ ਦਾ ਨਾਂ ਆਉਣਾ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਉਹ ਨਾਂ ਲਿਆ ਨਹੀਂ ਸੀ ਜਾਂਦਾ ਗੁਰੂ ਕੇ ਪਿਆਰਿਓ ਜਿੱਥੇ 14 ਮਾਰਚ 1823 ਨੂੰ ਸ਼ਹਾਦਤ ਹੁੰਦੀ ਉਹਤੇ ਸਮਾਦ ਬਣਾਈ ਗਈ ਜਗੀਰ ਨਾਲ ਲਗਾਈ ਗਈ ਸੇਵਾਦਾਰ ਆਏਗੇ ਜਿਹੜੇ ਇਥੋਂ ਦੀ ਸਮਾਦ ਦੀ ਸੰਭਾਲ ਕਰਨਗੇ ਉੱਤੇ ਇਸ ਨਸ਼ਹਰੇ ਦੀ ਲੜਾਈ ਚ ਇੱਕ ਮੁੱਲਾ ਰਸੀਦ ਖੋਇਆ ਜਿਹੜਾ ਇਸ ਲੜਾਈ ਵਿੱਚ ਜਿੰਨੇ ਸ਼ਮੂਲੀਅਤ ਕੀਤੀ ਸੀ ਉਹ ਭੱਜ ਕੇ ਬਚ ਕੇ ਕਾਬਲ ਚਲਾ ਗਿਆ ਇੱਕ ਦਿਨ ਕਾਬਲ ਚ ਬੈਠੇ ਹੋਏ ਸਾਰੇ ਲੋਕਾਂ ਨੇ ਜਿਹੜੇ ਕੋਈ ਭਾਈਚਾਰਾ ਸੀ ਕਹਿ ਲਗੇ ਨਸ਼ਹਰੇ ਦੀ ਜੰਗ ਦੇ ਇੱਕ ਮੁੱਲਾ ਰਸੀਦ ਕੋਈ ਸਾਨੂੰ ਗੱਲ ਸੁਣਾ ਉਹਦੇ ਚ ਦੱਸ ਪਈ ਉਹ ਜੰਗ ਵਿੱਚ ਜਿਹੜੀ ਸਿੱਖਾਂ ਨਾਲ ਹੋਈ ਸੀ ਉਹਨਾਂ ਦੀ ਬਹਾਦਰੀ ਲੋਕਾਂ ਕੋਲ ਬੜੀ ਸੁਣਦੇ ਆ ਸਾਨੂੰ ਕੋਈ ਗੱਲ ਸੁਣਾ ਤੇ ਦੂਸਰਾ ਦੱਸ ਕਿ ਤੂੰ ਦੁਬਾਰਾ ਵੀ ਇੱਕ ਜਹਾਦ ਤੇ ਕਦੋਂ ਜਾਏਂਗਾ ਉਹ ਕਹਿ ਲੱਗਾ ਮੈਂ ਮੁੜ ਕੇ ਕਦੇ ਵੀ ਸਿੱਖਾਂ ਦੇ ਵਿਰੋਧ ਨਹੀਂ ਕਦੇ ਮੈਂ ਲੜਾਈ ਵਿੱਚ ਜਾਵਾਂਗਾ ਖਾਲਸੇ ਦੇ ਉਹਨਾਂ ਨੂੰ ਵੇਖ ਕੇ ਤਾਂ ਮੇਰੀਆਂ ਸੱਤੇ ਸੁੱਧ ਹੀ ਭੁੱਲ ਜਾਂਦੀਆਂ ਨੇ ਉਹਨਾਂ ਦਾ ਪ੍ਰਭਾਵ ਇੰਨਾ ਹੈ ਕਹਿਣ ਲੱਗੇ ਫਿਰ ਵੀ ਕੁਝ ਦੱਸ ਕਹਿਣ ਲੱਗੇ ਖਾਂ ਇੱਕ ਸ਼ਰਤ ਤੇ ਮੈਂ ਜਾ ਸਕਦਾ ਵਾਂ ਉਹਨਾਂ ਖਾਲਸਾ ਰਾਜ ਦੇ ਵਿਰੋਧ ਜੰਗ ਕਰਨ ਲਈ ਮੈ ਮੈਂ ਟਿਕ ਤਾਬਲ ਦੀਆਂ ਪਹਾੜੀਆਂ ਤੇ ਬੈਠਾ ਹਾਂ ਮੈਨੂੰ ਨੇਜਾ ਇੰਨਾ ਲੰਬਾ ਬਣਾ ਦਿਓ ਕਿ ਉਹ ਮੱਝ ਪੰਜਾਬ ਦੀ ਧਰਤੀ ਤੇ ਪਹੁੰਚ ਜਾਵੇ ਮੈਂ ਇੱਥੋਂ ਹੀ ਨੇਜਾ ਚਲਾਵਾਂ ਉਹਦਾ ਮਤਲਬ ਸੀ ਮੈਂ ਨੇੜੇ ਵੀ ਨਹੀਂ ਟੁੱਕ ਸਕਦਾ ਕਹਿਣ ਲੱਗਾ ਨਸ਼ਰੇ ਦੀ ਜੰਗਬਾਰ ਸੁਣਦੇ ਹੋ ਪੁੱਛਦੇ ਹੋ ਕੁਛ ਤੋਬਾ ਤੋਬਾ ਕਹਿਣ ਲੱਗਾ ਪਤਾ ਨਹੀਂ ਇੱਕ ਇੱਕ ਸਿੰਘ ਵਿੱਚ ਕਿੰਨੀ ਕੁ ਤਾਕਤ ਜਿੱਧਰ ਜਾਂਦੇ ਤਬਾਈ ਮਚਾਏ ਜਾਂਦੇ ਸਨ ਕਹਿਣ ਲੱਗੇ ਇਹ ਤਾਂ ਮੇਰੇ ਪੈਰਾਂ ਨੂੰ ਮੈਂ ਧੰਨ ਕਹਿਣਾ ਜਿਹੜੇ ਮੈਂ ਭੱਜ ਕੇ ਇਹਨਾਂ ਮੇਰੇ ਸਾਥ ਦਿੱਤਾ ਇਹਨਾਂ ਪੈਰਾਂ ਦੀ ਬਦੌਲਤ ਮੈਂ ਭੱਜ ਕੇ ਬਚ ਗਿਆ ਨਹੀਂ ਤੇ ਮੈਂ ਵੀ ਉਹਨਾਂ ਵਿੱਚ ਹੀ ਕੋਣਾਸ ਜਿਹੜੇ ਉਹਨਾਂ ਦੀ ਭੇਟ ਚੜੇ ਤੇ ਪੈਰਾਂ ਨੂੰ ਚੁੰਮਣ ਲੱਗ ਗਿਆ ਕਹਿਣ ਲੱਗਾ ਧੰਨ ਨੂੰ ਤੁਸੀਂ ਮੇਰੇ ਪੈਰੋ ਜਿਹੜੇ ਭਜਾ ਕੇ ਲਿਆਇਓ ਇਸੇ ਤਰ੍ਹਾਂ ਇੱਕ ਵਾਰ ਕਾਬਲ ਚ ਹਾਕਮ ਦੇ ਦਰਬਾਰ ਵਿੱਚ ਨਾ ਖਾਸ ਰਸ ਇੱਕ ਬੰਦਾ ਸੀ ਇੱਕ ਮੁੱਲਾ ਸੀ ਆਲਮ فاضਲ ਵਿਦਵਾਨ ਵੀ ਬੜਾ ਸੀ ਮਖੋਲੀਆ ਸੁਭਾਅ ਸੀ ਉਹਨਾਂ ਕੋਲ ਬੈਠੇ ਦਰਬਾਰ ਦੇ ਦਰਬਾਰੀ ਤੇ ਹਾਕਮ ਕਹਿਣ ਲੱਗਾ ਕਿ ਜਿਹੜਾ ਬਾਲੀਖਸਾਰ ਦਾ ਕਿਲਾ ਸੀ ਨਾ ਉਹ ਬੜੀ ਮਦਦ ਕਰਦਾ ਸੀ ਉਹ ਹੁਣ ਖਾਲਸਾ ਰਾਜ ਚ ਚਲਾ ਗਏ ਉਹ ਕਿਦਰੇ ਕਾਬਲ ਵਿੱਚ ਹੋਵੇ ਤੇ ਅਸੀਂ ਦੁਸ਼ਮਣ ਦਾ ਟਾਕਰਾ ਬਹੁਤ ਚੰਗੀ ਤਰ੍ਹਾਂ ਕਰ ਸਕਦੇ ਹਾਂ ਇਹ ਮੁੱਲਾ ਕਹਿਣ ਲੱਗਾ ਉਹ ਤੁਸੀਂ ਬਾਲੀਖਸਾਰ ਦਾ ਕਿਲਾ ਚਾਹੁੰਦੇ ਹੋ ਨਾ ਕਾਬਲ ਲਿਆਉਣਾ ਕਹਿੰਦੇ ਆ ਸਕਦਾ ਇੱਕ ਟੰਗ ਤੁਹਾਨੂੰ ਮੈਂ ਦੱਸ ਦੇਣਾ ਮਖੋਲੀਆ ਸੀਨੋ ਉਸ ਢੰਗ ਨਾਲ ਗੱਲ ਕੀਤੀ ਕਹਿਣ ਲੱਗਿਆ ਪਈ ਉਹਦਾ ਢੰਗ ਮੈਂ ਦੱਸ ਦੇਣਾ ਵਾ ਉਹ ਕੀ ਹੋਏਗਾ ਵੀ ਤੁਸੀਂ ਚੱਲੋ ਜਾਂ ਤੁਸੀਂ ਚਾਰ ਪ੍ਰਾਤ ਜਾਂ ਪਠਾਣ ਭੇਜੋ ਕਹਿਣ ਲੱਗੇ ਉਹ ਪਠਾਣਾਂ ਨੂੰ ਉਸ ਕਿਲੇ ਦੀਆਂ ਚਾਰਾਂ ਬਾਈਆਂ ਨਾਲ ਰੱਸੇ ਪਾ ਕੇ ਮੈਂ ਬੰਨ ਦਿਆਂਗਾ ਸਿੰਘਾਂ ਦੀ ਨਸ਼ਹਿਰ ਦੀ ਜੰਗ ਵਿੱਚ ਕਿੰਨੀ ਕੁ ਬਹਾਦਰੀ ਵਿਖਾਈ ਹੋਏਗੀ ਉਹਦੇ ਬਾਰੇ ਗੱਲ ਕਰ ਰਿਹਾ ਕਹਿਣ ਲੱਗੇ ਜਦੋਂ ਚਾਰਾਂ ਨੂੰ ਕਿਲੇ ਦੀ ਬਾਈਆਂ ਨਾਲ ਬੰਨ ਦੇਂਗਾ ਨਾ ਪਠਾਣਾਂ ਨੂੰ ਤੇ ਇੱਕ ਨਿਆਂ ਸਿੰਘ ਉਧਰੋਂ ਉਧਰ ਤੁਹਾਡੇ ਉੱਪਰ ਸਿੰਘ ਨੂੰ ਛੱਡ ਦਿੱਤਾ ਜਾਵੇ ਭੀ ਖਮਲਾਕਾਰ ਉਹ ਸਿੰਘ ਦਾ ਜਾਓ ਜਲਾਲ ਵੇਖ ਕੇ ਇਹ ਚਾਰੇ ਪਠਾਨ ਇੰਨੇ ਕਬਰਾ ਜਾਣਗੇ ਬਾਬਾ ਪ੍ਰਿੰਦ ਸਿੰਘ ਖੋਤੀ ਤੇ ਲਿਖਦੇ ਨੇ ਹਾਕਮ ਨੂੰ ਕਿਹਾ ਤੂੰ ਤੇ ਤੇਰੇ ਭਰਾ ਤੁਸੀਂ ਚਾਰੇ ਭਰਾਵਾਂ ਦੇ ਉੱਪਰ ਛੱਡ ਦਿੱਤਾ ਜਾਵੇ ਬੰਨ ਕੇ ਤੁਸੀਂ ਜਦੋਂ ਸਿੰਘ ਦਾ ਚਿਹਰਾ ਦੇਖੂਗੇ ਇਹਨੇ ਡਰ ਜਾਓਗੇ ਡਰ ਕੇ ਭੱਜ ਕੇ ਤੁਸੀਂ ਕਾਬਲ ਆ ਜਾਓਗੇ ਤੇ ਕਿਲਾ ਵੀ ਨਾਲ ਹੀ ਆ ਜਾਏਗਾ ਪਈ ਸਿੰਘ ਦਾ ਪ੍ਰਭਾਵ ਇੰਨਾ ਡਰ ਬੈਠਾ ਉਹਨਾਂ ਅਫਗਾਨੀਆਂ ਦੇ ਅੰਦਰ ਜਿਨ੍ਹਾਂ ਦੇ ਅਫਗਾਨੀਆਂ ਦੇ ਸਾਹਮਣੇ ਹਿੰਦੁਸਤਾਨ ਦੇ ਬੜੇ ਬੜੇ ਵੱਡੀਆਂ ਤਾਕਤਾਂ ਨਹੀਂ ਸੰਭੋਲਦੀਆਂ ਉਹਨਾਂ ਨੂੰ ਸਿੰਘਾਂ ਨੇ ਡਰਾਇਆ ਉਹ ਰਾਹ ਰੋਕ ਕੇ ਜਿੱਥੋਂ ਉਹ ਰਾਵਾਂ ਤੋਂ ਚੱਲ ਕੇ ਹਿੰਦੁਸਤਾਨ ਦੀ ਧਰਤੀ ਤੇ ਖਮਲਾ ਕਰਦੇ ਸਨ ਮਹਾਰਾਜ ਕਿਰਪਾ ਕਰੇ ਅਕਾਲੀ ਫੂਲਾ ਸਿੰਘ ਸਾਹਿਬ ਦਾ ਜੀਵਨ ਮਿਆਰ ਕਰਨੀ ਕਿੰਨੀ ਉੱਚੀ ਸੀ ਜਿਨ੍ਹਾਂ ਨੇ ਸਿੱਖ ਰਾਜ ਵੇਲੇ ਬਹੁਤ ਵੱਡੀ ਸੇਵਾ ਵਿੱਚ ਵੀ ਖੀਸਾ ਪਾਇਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਾਣੂ ਕਰਵਾਇਆ ਜੇ ਉਹ ਅਕਾਲੀ ਫੂਲਾ ਸਿੰਘ ਦੀ ਗੱਲ ਮੰਨੀ ਹੁੰਦੀ ਵੇਲੇ ਸਿਰ ਜੋ ਬਾਅਦ ਵਿੱਚ ਡੋਗਰਿਆਂ ਨੇ ਸਿੱਖ ਰਾਜ ਦਾ ਪੂਰਾ ਖਾਲਸਾ ਕੀਤਾ ਸ਼ਾਇਦ ਨਾ ਹੁੰਦਾ ਐਖੋ ਜੇ ਕਰਨੀ ਕਤਨੀ ਵਾਲਿਆਂ ਦੇ ਚਰਨਾਂ ਵਿੱਚ ਅੱਜ ਵੀ ਸਾਡੀ ਨਮਸਕਾਰ ਹੈ ਉਹਨਾਂ ਦੇ ਜੀਵਨ ਵਰਗਾ ਜੀਵਨ ਬਣਾਈਏ ਭਾਵੇਂ ਉਹ ਨਿਆਂ ਸਿੰਘ ਬਾਣੇ ਵਿੱਚਾਂ ਤੇ ਭਾਵੇਂ ਆਮ ਜੀਵਨ ਵਿੱਚਾਂ ਬਾਣੇ ਵਿੱਚ ਹਰ ਸਿੱਖ ਨੂੰ ਚਾਹੀਦਾ ਉਹਨਾਂ ਦੇ ਜੀਵਨ ਤੋਂ ਸੇਧ ਲਈ ਜਾਵੇ ਇਹਨੇ ਬਚਨ ਪ੍ਰਵਾਨ ਕਰਨੇ ਅਕਾਲੀ ਫੂਲਾ ਸਿੰਘ ਦਾ ਸਮਾਂ 1760 ਤੋਂ 1823 ਦਾ ਹੈ ਉਹਨਾਂ ਨੇ ਮਿਸਲਾਂ ਦੇ ਵੀ ਰੰਗ ਵੇਖੇ ਖਾਲਸਾ ਰਾਜ ਵੀ ਬਣਦਾ ਵੇਖਿਆ ਤੇ ਬਣ ਗਿਆ ਵੀ ਵੇਖਿਆ ਤੇ ਆਪਣੀ ਸ਼ਹਾਦਤ ਵੀ ਦੇ ਦਿੱਤੀ ਗਈ ਸਤਿਗੁਰੂ ਮੇਰ ਕਰਨ ਇਹਨੇ ਬਚਨ ਪ੍ਰਵਾਨ ਕਰਨੇ ਬੋਲ ਚੁੱਕ ਦੀ ਖਿਮਾ ਕਰਨੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ